मत्ती दी इंजील, मत्ती रचित सुसमाचार उसका 5 अध्याय और उसकी 13 से लेकर 16 आए तक अगर मैं स्पेशल 2 बातों के ऊपर फोकस करना चाहता हूं और दो गल्लां ते ध्यान करांगे और वह 2 गल्लां जिहड़ियां प्रभु यसु जी ने मात्र 1 ही आयत 13 आयत विच जिहड़ियां दर्ज कीतियां प्रभु की बाणी विच दर्ज आ आपां उत्ते फोकस करांगे। पढ़िए मैं चाहांगा कोई भी मेरे नाल 13 आयत का पहला हिस्सा पढ़ दईए और उस तो बाद 13 आयत का लास्ट हिस्सा पढ़ना आ। ਤੁਸੀਂ ਧਰਤੀ ਦੇ ਲੂਣ ਹੋ। ਪ੍ਰਭ ਯਸੂ ਜੀ ਨੇ ਕਿਹਾ ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਵੀ ਬਸ ਲਾਸਟ ਹਿੱਸਾ ਪੜਨਾ ਆਇਤ ਦਾ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਓਕੇ ਆਈ ਐਮ ਸੌਰੀ ਔਰ ਪਹਿਲਾ ਹਿੱਸਾ 13 ਦਾ ਔਰ ਪਹਿਲਾ ਹਿੱਸਾ 14 ਦਾ ਪੜ੍ਹ ਦਈਏ। ਤੁਸੀਂ ਧਰਤੀ ਦੇ ਲੂਣ ਹੋ। ਹਾਂਜੀ ਤੁਸੀਂ ਧਰਤੀ ਦੇ ਲੂਣ ਹੋ। 14 ਦਾ ਪਹਿਲਾ ਹਿੱਸਾ ਤੁਸੀਂ ਜਗਤ ਦੇ ਚਾਨਣ ਹੋ। ਔਰ ਪ੍ਰਭੂ ਯਸੂ ਜੀ ਨੇ ਕਿਹਾ ਤੁਸੀਂ ਜਗਤ ਦੇ ਚਾਨਣ ਹੋ। ਧਿਆਨ ਨਾਲ ਸੁਣਨੀ ਗੱਲ, 2 ਗੱਲਾਂ ਦੀ ਗੱਲ ਕਰਨੀ ਆਪਾਂ ਅੱਜ, ਲੂਣ ਤੇ ਚਾਨਣ ਦੀ ਗੱਲ ਹੋਣੀ ਆ। ਅੱਜ ਲੂਣ ਦੇ ਬਾਰੇ ਆਪਾਂ ਪੜ੍ਹਨਾ ਸਿੱਖਣਾ ਕਿ ਪਰਮੇਸ਼ੁਰ ਦਾ ਵਚਨ ਪ੍ਰਭੂ ਯਸੂ ਜੀ ਨੇ ਕਿਉਂ ਲੂਣ ਦੇ ਬਾਰੇ ਗੱਲ ਕੀਤੀ, ਨਮਕ ਦੇ ਬਾਰੇ ਗੱਲ ਕੀਤੀ, ਸਾਲਟ। ਔਰ ਅੱਜ ਆਪਾਂ ਇਹੋ ਗੱਲ ਸਿੱਖਣੀ ਆ ਕਿ ਪ੍ਰਭੂ ਯਸੂ ਜੀ ਨੇ ਲਾਈਟ ਦੇ ਬਾਰੇ ਗੱਲ ਕੀਤੀ। ਇੱਕ ਆਇਤ ਸੀ ਯੋਹੰਨਾ ਦੀ ਅੰਜੀਲ ਉਹਦੀ 8 ਅਧਿਆਇ ਉਹਦੀ 12 ਆਇਤ ਪ੍ਰਭੂ ਯਸੂ ਜੀ ਨੇ ਕਿਹਾ ਕਿ ਮੈਂ ਜਗਤ ਦੀ ਜੋਤੀ ਹਾਂ। ਪਰ ਇਸ ਜਗ੍ਹਾ ਤੇ ਪ੍ਰਭੂ ਯਸੂ ਜੀ ਤੁਹਾਡੀ ਗੱਲ ਕਰ ਰਹੇ ਆ, ਇਟਸ ਅਬਾਊਟ ਯੂ, ਇਹ ਤੁਹਾਡੇ ਤੇ ਮੇਰੇ ਬਾਰੇ ਆ। 2 ਗੱਲਾਂ ਆ, ਪ੍ਰਭੂ ਯਸੂ ਜੀ ਨੇ ਕਿਹਾ ਤੁਸੀਂ ਧਰਤੀ ਦੇ ਲੂਣ ਹੋ ਔਰ ਤੁਸੀਂ ਜਗਤ ਦੀ ਜੋਤੀ ਹੋ, ਚਾਨਣ ਹੋ। ਧਰਤੀ ਦਾ ਲੂਣ ਤੇ ਜਗਤ ਦਾ ਚਾਨਣ। ਲੂਣ ਜਿਹੜਾ ਆ ਉਹਨੂੰ ਕਿਹਦੇ ਨਾਲ ਗੱਲ ਕੀਤੀ ਗਈ ਆ? ਧਰਤੀ ਦੇ ਨਾਲ। ਲੂਣ ਨੂੰ ਰਿਲੇਟ ਕੀਤਾ ਧਰਤੀ ਦੇ ਨਾਲ ਔਰ ਜਿਹੜਾ ਚਾਨਣ ਆ ਉਹਨੂੰ ਜਗਤ ਦੇ ਨਾਲ ਰਿਲੇਟ ਕੀਤਾ, ਤਾਲੁਕ ਰੱਖਦਾ ਆ। ਜਗਤ ਧਰਤੀ ਦਾ ਮਤਲਬ ਆ ਇਸ ਜਗ੍ਹਾ ਤੇ, ਧਰਤੀ ਦਾ ਮਤਲਬ ਇਹ ਆ ਜਿਹੜੀ ਆਪਾਂ ਗੱਲ ਸਿੱਖਣੀ ਆ। ਜਦੋਂ ਪ੍ਰਭੂ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਧਰਤੀ ਦੇ ਲੂਣ ਹੋ, ਇਹਦਾ ਮਤਲਬ ਆ ਉਸ ਵੇਲੇ ਉਸ ਜਗ੍ਹਾ ਤੇ ਪਰਮੇਸ਼ੁਰ ਧਰਤੀ ਦੇ ਵਿੱਚ ਕਿਹਨੂੰ ਗੱਲ ਕਰ ਰਿਹਾ? ਲੋਕਾਂ ਦੀ ਗੱਲ ਕਰ ਰਿਹਾ। ਔਰ ਜਦੋਂ ਪ੍ਰਭੂ ਯਸੂ ਕਹਿ ਰਹੇ ਆ ਕਿ ਤੁਸੀਂ ਜਗਤ ਦੇ ਚਾਨਣ ਹੋ ਤੇ ਚਾਨਣ ਦਾ ਮਤਲਬ ਆ ਸੰਸਾਰ ਦੀ ਗੱਲ ਕੀਤੀ ਆ, ਆਪਾਂ ਗੱਲ ਕਰਨੀ ਆ ਲੂਣ ਔਰ ਚਾਨਣ ਦੀ। ਲੂਣ ਤੇ ਚਾਨਣ ਜਿਹੜਾ ਆ ਇਹ ਦੋਨੇ ਹੀ ਉਹਨਾਂ ਨੇ ਸਾਨੂੰ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹਦੇ ਬਹੁਤ ਗਹਿਰੇ ਅਰਥ ਆ ਜਿਹਦੀ ਆਪਾਂ ਅੱਜ ਗੱਲ ਕਰਨ ਵਾਸਤੇ ਜਾ ਰਹੇ ਹਾਂ। ਲੂਣ ਜਿਹੜਾ ਆ ਉਹ ਧਰਤੀ ਵਿੱਚੋਂ ਨਿਕਲਦਾ ਆ, ਆਪਾਂ ਜਾਣਦੇ ਸਾਰੀ ਇਸ ਗੱਲ ਨੂੰ। ਹਾਂਜੀ, ਸਮੁੰਦਰ ਚੋਂ ਨਮਕ ਬਣ ਕੇ ਆਉਂਦਾ ਆ, ਲੂਣ ਸਮੁੰਦਰ ਚੋਂ ਨਿਕਲਦਾ ਆ ਔਰ ਇੰਨਾ ਨਿਕਲਦਾ ਆ ਕਿ ਉਹ ਸਾਰੇ ਸੰਸਾਰ ਵਿੱਚ ਪਹੁੰਚਾਇਆ ਜਾ ਰਿਹਾ ਆ ਔਰ ਨਿਕਲਦਾ ਜਾਂਦਾ ਆ, ਨਿਕਲਦਾ ਜਾਂਦਾ ਆ। ਹੁਣ ਧਰਤੀ ਵਿੱਚੋਂ ਨਮਕ ਨਿਕਲਦਾ ਆ ਤੇ ਜਦੋਂ ਅਸੀਂ ਇਸ ਵਰਲਡ ਇਹ ਜਿਹੜੇ ਨਮਕ ਔਰ ਧਰਤੀ ਦੀ ਜਿਹੜੀ ਓਰਿਜਨਲ ਭਾਸ਼ਾ ਹੈ ਜਦੋਂ ਉਹਦੀ ਗੱਲ ਕਰਦੇ ਹਾਂ ਇਬਰਾਨੀ ਭਾਖਿਆ ਦੇ ਵਿੱਚ, ਅਗਰ ਆਪਾਂ ਇਹਨਾਂ ਨੂੰ ਰਿਲੇਟ ਕਰਕੇ ਦੇਖੀਏ ਇਬਰਾਨੀ ਭਾਸ਼ਾ ਦੇ ਵਿੱਚ ਇਹਨਾਂ ਦੋਨਾਂ ਦੇ ਜਿਹੜੇ ਮੀਨਿੰਗਸ ਹੈਗੇ ਆ ਉਹ ਸਿਮਿਲਰ ਲੱਗਦੇ ਆ। ਸਮਝਣ ਦੀ ਕੋਸ਼ਿਸ਼ ਕਰਨੀ, ਧਰਤੀ ਨੂੰ ਇਬਰਾਨੀ ਭਾਸ਼ਾ ਵਿੱਚ ਆਦਾਮਾ ਕਿਹਾ ਗਿਆ, ਆਦਾਮਾ ਜਿਹਦਾ ਮਤਲਬ ਆ ਗਰਾਊਂਡ, ਜ਼ਮੀਨ। ਔਰ ਪ੍ਰਭੂ ਯਸੂ ਜੀ ਨੇ ਕਿਹਾ ਕਿ ਤੁਸੀਂ ਜਗਤ ਦੇ ਲੂਣ ਹੋ, ਕਿਉਂਕਿ ਜਿਹੜਾ ਨਮਕ ਆ ਨਿਕਲਦਾ ਧਰਤੀ ਵਿੱਚੋਂ ਆ, ਪਰ ਲੇਟ ਉਹਨੇ ਇਨਸਾਨ ਦੇ ਨਾਲ ਕੀਤਾ ਉਹਨੂੰ। ਤੇ ਨਮਕ ਜਿਹੜਾ ਆ ਆਪਾਂ ਉਹਦੇ ਬਾਰੇ ਜਾਣਦੇ ਹਾਂ ਕਿ ਨਮਕ ਦੀਆਂ ਕੀ ਵਿਸ਼ੇਸ਼ਤਾਵਾਂ ਆ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਨਮਕ ਜਿਹੜਾ ਆ ਉਹਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਆ, ਉਹਦੇ ਬਾਰੇ ਵੀ ਗੱਲ ਕਰਾਂਗੇ, ਪਰ ਆਪਾਂ ਪਹਿਲਾਂ ਇਹ ਗੱਲ ਸਮਝ ਲਈਏ ਕਿ ਨਮਕ ਕਿਉਂ, ਧਰਤੀ ਕਿਉਂ ਤੇ ਪਰਮੇਸ਼ੁਰ ਨੇ ਤੁਹਾਨੂੰ ਤੇ ਮੈਨੂੰ ਕਿਉਂ ਕਿਹਾ। ਇਹ ਤੇ ਗਹਿਰੇ ਭੇਤ ਕੋਸ਼ਿਸ਼ ਕਰਾਂਗੇ ਸਿੱਖਣ ਦੀ, ਸਮਝਣ ਦੀ। ਅਗਰ ਆਪਾਂ ਇਹਦੀ ਓਰਿਜਨਲ ਭਾਸ਼ਾ ਵਿੱਚ ਜਾਈਏ ਗ੍ਰੀਕ ਹਿਬਰੂ ਵਰਡ, ਹਿਬਰੂ ਵਰਡ ਜਿਹੜਾ ਉਹ ਆਦਮਾ ਆ ਧਰਤੀ ਦੇ ਵਾਸਤੇ,
परमेश्वर ने जो इंसान नू बनाया ते की लिखा आ दो अध्याय दी सत आयत विच परमेश्वर ने इंसान नू कित्थों बनाया धरती दी मिट्टी तो लैके ओनू बनाया तुहानू ते मैनू धरती दी मिट्टी तो लैके परमेश्वर ने बनाया आत्मा जिहड़ा आ ਉਹ ਧਰਤੀ ਦੀ ਗੱਲ ਕੀਤੀ ਗਈ ਆ ਔਰ ਉਸ ਤੋਂ ਬਾਅਦ ਉਸੇ ਹੀ ਵਰਡ ਤੋਂ ਇੱਕ ਨਾਮ ਆ ਗਿਆ ਜਿਹੜਾ ਇਬਰਾਨੀ ਭਾਸ਼ਾ ਵਿੱਚ ਜਿਹਦਾ ਨਾਮ ਆਦਮ ਕਰਕੇ ਇਬਰਾਨੀ ਭਾਸ਼ਾ ਵਿੱਚ ਆਦਮਾ ਤੋਂ ਆਦਮ ਬਣਿਆ ਔਰ ਉਸ ਤੋਂ ਪਹਿਲੇ ਇਹਨਾਂ ਦਾ ਜਿਹੜਾ ਮਦਰ ਵਰਡ ਸੀਗਾ ਉਹ ਸੀ ਐਡੋਮ ਐਡੋਮ ਦਾ ਮਤਲਬ ਆ ਬਲੱਡ ਖੂਨ ਆਪਾਂ ਇਹਨਾਂ ਸਾਰੀਆਂ ਵਰਡਸ ਨੂੰ वचन दे विचों देखांगे कि की मतलब आ इस सारे वर्ड जेड़े आ परमेश्वर प्रभु यीशु जेड़े ओ महान ग्रेट थियोलॉजियन आ उन्होंने इन सारिया गल्लां नूं इन्नी गहराई दे विच दस्या दसी लेकिन सानू इन्नी गहराई जो उन्हों समझ नहीं हैगी सानू समझ नहीं आ सानू लूण दा लूण ही पता आ सानू चानण दा चानण ही पता आ पर परमेश्वर जो भी गल करते अपने वचन बड़िया गहरिया गलों के भेद प्रगट करने की कोशिश करते हैं प्रभु का मतलब सिर्फ यही है बहुत बार प्रभु यीशु जी ने अपने चेलों गल जो गल करते चेलों के कहते प्रभु तू सानू इन्हों का मतलब समझा प्रभु यीशु जी ने कहा इन्हों तमसीलों इन्हों भेतों का जरा भेत आ इन गलों का भेत थोड़े उत्ते प्रगट किया गया वास्ते सानू करना की पैना सानू डिग आउट करना पैना सानू खोज करनी पैनी आ सानू उहदे विच बनना पैना सानू सर्च करनी पैनी आ इवन रिसर्च करनी पैनी आ ताकि परमेश्वर दे जिहड़े गहरे भेद आ उहनां नूं आपां समझ सकीए कि खुदा ने यह मिस्ट्री जिहड़ी साडे वास्ते रखी आ उहनूं आपां खोल के देख सकीए परमेश्वर ने साडे वास्ते रख्या की आ जिहड़ा लूण आलुक तालुक धरती दे नाल आ धरती दे नाल इस करके क्योंकि इंसान जिहड़ा आदम जिहड़ा सी वह धरती तो रचिया गया सी और जिहड़ा नमक आ वह भी धरती तो कढ़िया जांदा आ और जो धरती तो कढ़िया जांदा आ जिहड़ा इहदा जिहड़ा मदर वर्ड आ उहनूं दम आदम नहीं बल्कि डी ए एम डम करके कहा गया जिहदा मतलब आ ओरिजिनली वर्ल्ड का मतलब हैगा आ उहदा मतलब आ खून ब्लड आदम आदम का मतलब आ आउट ऑफ द डस्ट मिट्टी तो बनाया गया आदमा का मतलब आ कि वह धरती जिस तो इंसान और जिहड़ा लूण आ वह बनाया गया हालेलुया हालेलुया उत्पत्ति की किताब दो दी सत आयत जिहड़ी आ उह सानूं दसदी आ कि जिहड़ा आदम आ उह इस आदमा तों यानी मिट्टी तों बनाया गया सीगा और आदम जिहड़ा मिट्टी तों जदों बनाया गया सीगा आपां इह गल देखदे आ कि परमेश्वर ने आदम नूं मिट्टी तों बनाया लेकिन उही आदम दुष्ट और शैतान दे उस जाल च फस के पाप दे विच डिग गया ही वाज क्रिएटेड आउट ऑफ ग्राउंड ओ इस मिट्टी तो बनाया गया सी मिट्टी तो बनाया पाप ओदे विच परमेश्वर ने ओ ब्लड जिहड़ा सीगा ही वाज क्रिएटेड आउट ऑफ ब्लड मिट्टी का मतलब ब्लड ओदे विच ब्लड ओदा जिहड़ा ओरिजिनल वर्ड आ ओनू खून करके किया गया ओनू थोड़ा समझना मुश्किल आ थोड़ा क्रिटिकल आ पर आपां इह देखणा है कि जिहड़ा ब्लड आ खून आ ओदी अहमियत जिहड़ी आ बाइबल दे अनुसार तुहाडे नाल मेरे नाल और प्रभु यीशु मसीह दे नाल ओदे प्रभु दे वचन दे नाल किन्नी कु अहमियत रखदी आ ब्लड ग्राउंड आदम और नमक ये चारे चीजा आपस में रिलेटेड आ जिन्हां नूं प्रभु यीशु जी ने अपने वचन दे विच साडे नाल सरल तरीके नाल गल करने की कोशिश की गई पहला आदम जिहड़ा परमेश्वर ने आदमा तों यानी मिट्टी तों रचिया सीगा धरती तों रचिया सीगा वो पहला आदम पाप दे विच डिग गया और लिखिया वचन दादा रोमियों की पत्री 3 विच लिखिया कि एक आदम सी जिहदे राही पाप संसार विच आया
ਆਪਾਂ ਨਮਕ ਦੇ ਬਾਰੇ ਸਮਝਦੇ ਹਾਂ, ਲੂਣ ਦੇ ਬਾਰੇ ਸਮਝਦੇ ਹਾਂ ਕਿ ਜਿਹੜਾ ਨਮਕ ਆ ਬਾਈਬਲ ਦੇ ਵਿੱਚ ਨਮਕ ਜਿਹੜਾ ਆ ਉਹਨੂੰ ਐਜ਼ ਏ ਇੱਕ ਸਾਲਟ ਆਫ ਸਾਲਟ ਐਜ਼ ਏ ਕਵਨੈਂਟ ਵੀ ਕਿਹਾ ਗਿਆ। ਇੱਕ ਨਮਕ ਦੀ ਵਾਚਾ ਦੇ ਬਾਰੇ ਗੱਲ ਕੀਤੀ ਬਾਈਬਲ ਦੇ ਵਿੱਚ, ਬਹੁਤ ਸਾਰੀਆਂ ਆਇਤਾਂ ਆ। ਔਰ ਜਿਹੜਾ ਬਾਈਬਲ ਆ, ਬਾਈਬਲ ਵਿੱਚ ਲੂਣ ਦੇ ਕਈ ਹਵਾਲੇ ਦਿੱਤੇ ਗਏ ਆ ਵੱਖ ਵੱਖ ਸੰਦਰਭਾਂ ਵਿੱਚ। ਸਥਾਪਿਤ ਕਰਨ ਲਈ ਵਫਾਦਾਰੀ, ਟਿਕਾਊਪਨ, ਉਪਯੋਗਤਾ, ਮੁੱਲ ਤੇ ਸ਼ੁੱਧਤਾ ਨੂੰ ਦਰਸਾਉਣ ਵਾਸਤੇ ਜਿਹੜਾ ਨਮਕ ਆ ਉਹਨੂੰ ਵਰਤਿਆ ਗਿਆ ਬਾਈਬਲ ਦੇ ਵਿੱਚ। ਜਦੋਂ ਇਹਨਾਂ ਸਾਰੀਆਂ ਗੱਲਾਂ ਵਿੱਚ ਨਮਕ ਨੂੰ ਵਰਤਿਆ ਗਿਆ ਪੁਰਾਣੇ ਨੇਮ ਚ ਮੋਸਟਲੀ, ਤੇ ਪ੍ਰਭੂ ਯਸੂ ਜੀ ਨੇ ਵੀ ਇੱਕ ਐਗਜ਼ਾਮਪਲ, ਇੱਕ ਉਦਾਹਰਣ ਉਹ ਲਈ ਤਾਂ ਕਿ ਲੋਕ, ਤੁਸੀਂ ਤੇ ਮੈਂ ਇਹਦੀ ਅਹਿਮੀਅਤ ਨੂੰ ਸਮਝ ਸਕੀਏ ਕਿ ਪਰਮੇਸ਼ਵਰ ਨੇ ਨਮਕ ਦੀ ਉਦਾਹਰਣ ਜਿਹੜੀ ਲਈ ਸੀ ਉਹ ਕਿਉਂ ਲਈ ਸੀ। ਔਰ ਅਸੀਂ ਜਾਣਦੇ ਹਾਂ ਕਿ ਜਿਹੜਾ ਨਮਕ ਆ ਉਹਦੀ ਵਿਸ਼ੇਸ਼ਤਾ ਕੀ ਆ, ਨਮਕ ਦੀ ਕੀ ਵਿਸ਼ੇਸ਼ਤਾ ਹੈ ਜੀ, ਨਮਕ ਕਾਹਦੇ ਕਾਹਦੇ ਵਾਸਤੇ ਕੰਮ ਆਉਂਦਾ ਆ, ਨਮਕ ਕਾਹਦੇ ਵਾਸਤੇ ਕੰਮ ਆਉਂਦਾ? ਉਹ ਤਾਂ ਸਾਰੇ ਖਾਂਦੇ ਆ ਨਮਕ। ਹਾਂਜੀ, ਨਮਕ ਦਾ ਪਤਾ ਵੈਸੇ ਤੁਹਾਨੂੰ ਸਾਰਿਆਂ ਨੂੰ? ਓਕੇ, ਜੇ ਪਤਾ ਤੇ ਕਾਹਦੇ ਵਾਸਤੇ ਕੰਮ ਆਉਂਦਾ ਨਮਕ? ਨਮਕ ਦਾ ਕੀ ਕੰਮ ਆ? ਨਮਕ ਜਿਹੜਾ ਆ ਉਹ ਸਵਾਦ ਦਿੰਦਾ ਆ, ਨਮਕ ਸਵਾਦ ਦਿੰਦਾ ਆ। ਹੋਰ ਕੀ ਕਰਦਾ ਨਮਕ? ਹੋਰ ਕੀ ਕੀ ਵਿਸ਼ੇਸ਼ਤਾ ਨਮਕ ਦੀ? ਨਮਕ ਦੀ ਵਿਸ਼ੇਸ਼ਤਾ ਦੱਸੋ, ਹੋਰ ਕੀ ਆ? ਇੱਕ ਤਾਂ ਨਮਕ ਜਿਹੜਾ ਲੂਣ ਆ ਉਹ ਸਵਾਦ ਦੇ ਕੰਮ ਆਉਂਦਾ ਆ, ਦੂਸਰਾ ਓਕੇ ਜਿਹੜਾ ਨਮਕ ਆ, ਦੂਸਰੀ ਗੱਲ ਜਿਹੜਾ ਲੂਣ ਆ ਉਹ ਚੀਜ਼ਾਂ ਨੂੰ ਪ੍ਰਜ਼ਰਵ ਕਰਨ ਦੀ ਕੋਸ਼ਿਸ਼ ਕਰਦਾ ਹੈ, ਐਵੇਂ ਰੱਖਿਆ ਜਾਂਦਾ ਨਮਕ ਦੇ ਨਾਲ। ਕਹਿੰਦੇ ਨਾ ਨਮਕ ਲਾ ਕੇ ਰੱਖ ਦਿਓ ਚੀਜ਼ ਨੂੰ। ਖਾਸ ਕਰਕੇ ਅਗਰ ਤੁਸੀਂ ਦੇਖੋ ਯੂਰੋਪੀਅਨ ਕੰਟਰੀਆਂ ਦੇ ਵਿੱਚ ਜਿਹੜਾ ਨੋਨ ਵੈਜ ਆ, ਜਿਹਨੂੰ ਚਿਕਨ ਕਿਹਾ ਜਾਂਦਾ, ਜਾਂ ਹੋਰ ਵੀ ਬਹੁਤ ਸਾਰੀਆਂ ਇੱਦਾਂ ਚੀਜ਼ਾਂ ਆ, ਉਹਨਾਂ ਨੂੰ ਨਮਕ ਲਾ ਕੇ ਰੱਖਿਆ ਜਾਂਦਾ ਆ। ਕਿਉਂ ਨਮਕ ਲਾ ਕੇ ਰੱਖਿਆ ਜਾਂਦਾ? ਕਿਉਂਕਿ ਉਹ ਨਮਕ ਦੇ ਨਾਲ ਉਹ ਗਲਦੀਆਂ ਨਹੀਂ ਆ, ਉਹਨਾਂ 'ਚ ਉਹ ਚੀਜ਼ ਨਹੀਂ ਆਉਂਦੀ ਉਹ ਜਿਹੜੀ ਖਰਾਬ ਕਰਨ ਵਾਲੀ ਚੀਜ਼ ਆ, ਖਰਾਬ ਨਹੀਂ ਹੁੰਦਾ ਨਮਕ ਦੇ ਨਾਲ। ਕਈ ਚੀਜ਼ਾਂ ਇੱਦਾਂ ਦੀਆਂ ਨਮਕ ਜਿਹੜਾ ਆ ਉਹ ਪ੍ਰਜ਼ਰਵੈਂਸ ਨੂੰ ਦਿਖਾਉਂਦਾ ਆ ਕਿ ਹਾਂ ਜਿਹੜਾ ਲੂਣ ਆ ਉਹ ਇਹ ਚੀਜ਼ ਨੂੰ ਬਣਾ ਕੇ ਰੱਖਦਾ ਆ। ਜਿਹੜੀ ਨਸ਼ਟ ਹੋਣ ਦੀ ਪ੍ਰਕਿਰਿਆ ਆ ਉਹਨੂੰ ਖਤਮ ਕਰ ਦਿੰਦਾ ਆ ਨਮਕ, ਖਰਾਬ ਨਹੀਂ ਹੋਣ ਦਾ ਚੀਜ਼ ਨੂੰ। ਔਰ ਲਿਖਿਆ ਕਿ ਨਮਕ ਜਿਹੜਾ, ਲੂਣ ਜਿਹੜਾ ਆ ਉਹ ਮਨੁੱਖੀ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ। ਇਨਸਾਨ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਜਿਹੜਾ ਨਮਕ ਆ ਉਹਦੀ ਬਹੁਤ ਵੱਡੀ ਭੂਮਿਕਾ ਆ। ਔਰ ਆਪਾਂ ਸਾਇੰਟੀਫਿਕਲੀ ਅਗਰ ਜਾਈਏ ਤੇ ਇਹਦੇ ਬਹੁਤ ਸਾਰੇ ਫਾਇਦੇ ਆ, ਸਾਇੰਟੀਫਿਕਲੀ ਡਾਕਟਰ ਜਾਣਦੇ ਆ, ਜਿਹੜੇ ਮੈਡੀਕਲ ਦੇ ਨਾਲ ਰਿਲੇਟਡ ਆ ਉਹ ਜਾਣਦੇ ਆ ਕਿ ਨਮਕ ਦੀ ਅਹਿਮੀਅਤ ਸਰੀਰ ਵਾਸਤੇ ਕਿੰਨੀ ਆ, ਇਹ 'ਚ ਸੋਡੀਅਮ ਆ, ਬਹੁਤ ਸਾਰੇ ਤੱਤ ਆ, ਉਹਨਾਂ ਵੱਲ ਆਪਾਂ ਜਾਣਾ ਨੀਗਾ, ਗੱਲ ਸਮਝ ਨਹੀਂ ਆਉਣੀ ਸਾਨੂੰ। ਪਰ ਜੇ ਅਸੀਂ, ਕਈਆਂ ਨੇ ਨਮਕ ਦਾ ਸਵਾਦ ਚੱਖਿਆ ਹੋਣਾ, ਆਮੀ ਬਲੱਡ ਦਾ ਸਵਾਦ ਚੱਖਿਆ ਆ, ਤੇ ਤੁਹਾਡੇ ਬਲੱਡ ਦੇ ਵਿੱਚ ਤੁਹਾਨੂੰ ਨਮਕ ਜਿਹੜਾ ਆ ਉਹ ਟੇਸਟ ਆਉਂਦਾ ਆ। ਹਾਂਜੀ, ਅਗਰ ਤੁਸੀਂ ਪਸੀਨੇ ਦਾ ਸਵਾਦ ਚੱਖਿਆ ਆ ਤੇ ਸਾਡੇ ਪਸੀਨੇ ਵਿੱਚ ਸਾਨੂੰ ਕੀ ਆਉਂਦਾ ਆ? ਬਲੱਡ ਦਾ, ਆਈ ਮੀਨ ਨਮਕ ਦਾ ਟੇਸਟ ਆਉਂਦਾ ਆ। ਅਗਰ ਤੁਸੀਂ ਆਪਣੇ ਹੰਝੂਆਂ ਦਾ ਸਵਾਦ ਚੱਖਿਆ ਆ, ਤੁਹਾਡੇ ਜਿਹੜੇ ਟੀਅਰਸ ਆ, ਹੰਝੂ ਜਿਹੜੇ ਆ, ਉਹਨਾਂ ਦੇ ਵਿੱਚ ਵੀ ਤੁਹਾਨੂੰ ਕੀ ਆਏਗਾ? ਨਮਕ ਦਾ ਸਵਾਦ ਆਏਗਾ। ਆਪਾਂ ਇਹਨਾਂ ਗੱਲਾਂ ਦੇ ਨਾਲ ਜਾਣ ਸਕਦੇ ਹਾਂ ਕਿ ਸਰੀਰ ਦੇ ਵਾਸਤੇ ਜਿਹੜਾ ਨਮਕ ਆ ਉਹਦੀ ਕਿੰਨੀ ਵੱਡੀ ਅਹਿਮੀਅਤ ਆ। ਨਮਕ ਜਿਹੜਾ ਆ ਉਹ ਕਿੰਨਾ ਇੰਪੋਰਟੈਂਟ ਆ ਇਨਸਾਨ ਵਾਸਤੇ। ਨਮਕ ਦੀ ਅਹਿਮੀਅਤ ਜਿਹੜੀ ਆ ਸਾਡੇ ਵਾਸਤੇ ਮਾਮੂਲੀ ਜਿਹਾ ਆ, ਨਮਕ ਮਾਮੂਲੀ ਜਿਹਾ ਆ, ਮਾਮੂਲੀ ਜਿਹਾ ਆ, ਆਪਾਂ ਜ਼ਿਆਦਾ ਧਿਆਨ ਨਹੀਂ ਕਰਦੇ ਨਮਕ ਵੱਲ। ਕਿਉਂ? ਕਿਉਂਕਿ ਈਜ਼ੀਲੀ ਮਿਲ ਜਾਂਦਾ ਆ। ਪਰਮੇਸ਼ਵਰ ਨੇ ਤੁਹਾਡੇ ਤੇ ਮੇਰੇ ਵਾਸਤੇ, ਸੰਸਾਰ ਵਾਸਤੇ ਇੰਨਾ ਨਮਕ ਦੇ ਦਿੱਤਾ ਆ ਕਿ ਸਾਨੂੰ ਉਹਦੇ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ ਆ। ਹੁਣ ਨਮਕ ਦਾ ਪੈਕਟ 20 ਰੁਪਏ ਦਾ ਹੋ ਗਿਆ, ਪਰ ਟਾਈਮ ਸੀ ਜਦੋਂ 2 ਰੁਪਏ ਦਾ ਤੇ 2 ਰੁਪਏ ਦਾ ਮਿਲਦਾ ਸੀਗਾ। ਹਜੇ ਤੱਕ ਵੀ ਨਮਕ ਵਾਲੇ, ਹਾਂ ਪਾਕਿਸਤਾਨ ਤੋਂ ਨਮਕ ਆਉਂਦਾ ਆ ਔਰ ਟਰਾਲੀਆਂ ਦੇ ਵਿੱਚ ਬਾਹਰ ਵੇਚਦੇ ਆ। ਕਈ ਪ੍ਰਕਾਰ ਦਾ ਨਮਕ ਆ, ਪਹਾੜੀ ਨਮਕ, ਕਾਲਾ ਨਮਕ, ਚਿੱਟਾ ਨਮਕ, ਕਈ ਪ੍ਰਕਾਰ ਦੇ ਨਮਕ ਆ। ਲੇਕਿਨ ਆਪਾਂ ਗੱਲ ਕਰਾਂਗੇ ਇੱਥੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜਿਹੜਾ ਨਮਕ ਆ
ਉਹ ਸਾਡੀ ਸਿਹਤ ਦੇ ਵਿੱਚ ਇਨਸਾਨ ਜਿਹੜਾ ਆ ਉਹਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੇ ਜ਼ਿਆਦਾ ਜਿਹੜਾ ਲੂਣ ਆ ਨਮਕ ਜੇ ਜ਼ਿਆਦਾ ਹੋ ਜਾਵੇ ਤਾਂ ਕੀ ਹੁੰਦਾ ਆ? ਹਾਂਜੀ, ਜ਼ਿਆਦਾ ਨਮਕ ਵੀ ਸਹੀ ਨਹੀਂ। ਜ਼ਿਆਦਾ ਨਮਕ ਜੇ ਤੁਸੀਂ ਖਾਓਗੇ ਤੇ ਕੀ ਹੋਣਾ? ਤੁਹਾਨੂੰ ਤੁਹਾਡਾ ਬੀਪੀ ਜਿਹੜਾ ਆ, ਬਲੱਡ ਪ੍ਰੈਸ਼ਰ ਜਿਹੜਾ ਆ ਵੱਧ ਜਾਣਾ। ਜ਼ਿਆਦਾ ਨਮਕ ਖਾਣ ਦੇ ਨਾਲ, ਮੈਨੂੰ ਪਤਾ ਨਹੀਂ ਸੀ, ਜਦੋਂ ਮੈਨੂੰ ਪਤਾ ਨਹੀਂ ਸੀ, ਮੈਂ ਬਹੁਤ ਨਮਕ ਖਾਂਦਾ ਸੀਗਾ। ਈਵਨ ਜਿਹੜੀਆਂ ਮੈਂ ਬਾਈਬਲ ਕਾਲਜ ਸੀ ਤੇ ਬਾਈਬਲ ਕਾਲਜ ਦੇ ਵਿੱਚ ਹਰੀ ਮਿਰਚ ਦੇ ਨਾਲ ਨਮਕ ਲਾ ਕੇ ਖਾਣਾ ਰੋਟੀ ਦੇ ਨਾਲ, ਤੁਹਾਨੂੰ ਸਵਾਦ ਬਹੁਤ ਲੱਗੂਗਾ। ਪਰ ਉਹਦੇ ਸਿੱਟੇ ਨਹੀਂ ਪਤਾ ਸੀ ਮੈਨੂੰ, ਉਹਦੇ ਸਿੱਟੇ ਪਤਾ ਨਹੀਂ ਸੀਗਾ। ਪਰ ਉਹਦੇ ਨਾਲ ਕੀ ਹੋਇਆ? ਸਿਹਤ ਦੇ ਵਿੱਚ ਪਰੇਸ਼ਾਨੀ ਆ ਗਈ, ਬਲੱਡ ਪ੍ਰੈਸ਼ਰ ਜਿਹੜਾ ਬਦਲਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਆ ਜ਼ਿਆਦਾ ਨਮਕ ਖਾਣ ਦੇ ਨਾਲ ਤੁਹਾਡੀ ਸਿਹਤ ਖਰਾਬ ਹੋ ਜਾਏਗੀ। ਔਰ ਬਾਈਬਲ ਦੇ ਵਿੱਚ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਤੁਸੀਂ ਜਗਤ ਦੇ ਲੂਣ ਹੋ, ਤੁਸੀਂ ਧਰਤੀ ਦੇ ਨਮਕ ਹੋ, ਤੁਸੀਂ ਸੰਸਾਰ ਦੇ ਵਿੱਚ ਹੋ ਔਰ ਧਰਤੀ ਦੇ ਨਮਕ ਹੋ। ਆਪਾਂ ਬਾਅਦ 'ਚ ਦੇਖਾਂਗੇ ਸਾਡੀ ਰਿਸਪੋਂਸੀਬਿਲਟੀ ਕੀ ਆ, ਸਾਡੀ ਜਿਹੜੀ ਆ ਜ਼ਿੰਮੇਦਾਰੀ ਕੀ ਆ ਇਸ ਸੰਸਾਰ ਦੇ ਪ੍ਰਤੀ। ਸਾਨੂੰ ਕਿਉਂ ਪ੍ਰਭੂ ਯਸੂ ਜੀ ਨੇ ਨਮਕ ਕਰਕੇ ਕਿਹਾ? ਸਾਨੂੰ ਕਿਉਂ ਪ੍ਰਭੂ ਯਸੂ ਮਸੀਹ ਨੇ ਐਡਰੈਸ ਕੀਤਾ ਕਿ ਤੁਸੀਂ ਨਮਕ ਹੋ? ਔਰ ਕਿਸੇ ਨੇ ਇਹਦਾ ਕਿਹਾ, ਆਪਾਂ ਦੇਖਦੇ ਹਾਂ ਅੱਜ ਜਿਹੜਾ ਚਰਚ ਆ, ਕਲੀਸੀਆ ਆ, ਉਹਦੇ ਵਿੱਚ ਬਹੁਤ ਸਾਰਾ ਨਮਕ ਆ। ਉਹਦੇ ਵਿੱਚ ਬਹੁਤ ਸਾਰਾ ਚਰਚ ਵਿੱਚ ਨਮਕ ਹੈਗਾ ਆ, ਲੇਕਿਨ ਚਰਚ ਦਾ ਜਿਹੜਾ ਨਮਕ ਆ, ਕਿਉਂਕਿ ਨਮਕ ਜ਼ਿਆਦਾ ਆ ਚਰਚ ਵਿੱਚ, ਇਸ ਕਰਕੇ ਜ਼ਿਆਦਾ ਨਮਕ ਕੀ ਕਰਦਾ ਆ? ਬਲੱਡ ਪ੍ਰੈਸ਼ਰ ਹਾਈ ਕਰਦਾ। ਜਦੋਂ ਬਲੱਡ ਪ੍ਰੈਸ਼ਰ ਹਾਈ ਹੁੰਦਾ ਆ ਤੇ ਫਿਰ ਕੀ ਹੁੰਦਾ ਆ? ਗੁੱਸਾ ਆਉਂਦਾ ਔਰ ਲੜਾਈ ਹੁੰਦੀ ਆ, ਝਗੜਾ ਹੁੰਦਾ, ਪਰੇਸ਼ਾਨੀ ਆਉਂਦੀ ਆ। ਇਸੇ ਕਰਕੇ ਜਿਹੜਾ ਚਰਚ ਆ ਇਹਦੇ ਵਿੱਚ ਬਹੁਤ ਸਾਰਾ ਨਮਕ ਤਾਂ ਹੈਗਾ ਆ, ਜਿਹਦੇ ਕਰਕੇ ਚਰਚ ਦੇ ਵਿੱਚ ਸਮੱਸਿਆਵਾਂ ਆ, ਲੜਾਈ ਝਗੜਾ ਕੁਆਰਲਿੰਗ, ਉੱਚਾ ਨੀਚਾ ਦੇਖਣਾ। ਜਿਹੜਾ ਨਮਕ ਆ ਚਰਚ ਵਿੱਚ, ਜਿਹੜਾ ਨਮਕ ਆ ਉਹ ਅੱਜ ਆਪਣਾ ਸਹੀ ਕੰਮ ਨਹੀਂ ਕਰ ਰਿਹਾ। ਵੇਅਰ ਐਲ ਪ੍ਰਭੂ ਦਾ ਬਚਨ ਕਹਿੰਦਾ ਆ ਜੇ ਲੂਣ ਜਿਹੜਾ ਆ, ਤੁਹਾਨੂੰ ਲੂਣ ਕਿਹਾ, ਅਗਰ ਲੂਣ ਸਵਾਦ ਨਾ ਦੇਵੇ, ਇਹਦਾ ਮਤਲਬ ਆ ਲੂਣ ਕਾਹਦੇ ਵਾਸਤੇ ਆ? ਸਵਾਦ ਦੇਣ ਵਾਸਤੇ। ਕਾਹਦੇ ਵਾਸਤੇ? ਨਮਕ, ਨਮਕ ਸਵਾਦ ਦੇਣ ਵਾਸਤੇ ਆ। ਲੂਣ ਜਿਹੜਾ ਸਵਾਦ ਦੇਣ ਵਾਸਤੇ ਆ। ਲੂਣ ਨਾ ਪਾਈਏ ਅਸੀਂ ਸਬਜ਼ੀ ਵਿੱਚ ਤੇ ਆਪਾਂ ਸਬਜ਼ੀ ਜਿਹੜੀ ਸਾਨੂੰ ਟੇਸਟ ਨਹੀਂ ਲੱਗਦੀ, ਖਾਂਦੇ ਨਹੀਂ ਆਪਾਂ ਨਮਕ ਤੋਂ ਬਗੈਰ, ਕਿਉਂਕਿ ਟੇਸਟ ਨਹੀਂ ਲੱਗਦੀ। ਸਾਨੂੰ ਇਹ ਨਹੀਂ ਪਤਾ ਕਿ ਅਸੀਂ ਜਿਹੜਾ ਸਬਜ਼ੀ ਰੋਟੀ ਖਾਂਦੇ ਹਾਂ ਆਪਾਂ ਢਿੱਡ ਭਰਨ ਵਾਸਤੇ ਖਾਣੀ ਆ, ਨਾ ਕਿ ਸਵਾਦ ਲੈਣ ਵਾਸਤੇ। ਕਈ ਵਾਰ ਆਪਾਂ ਚਾਹੁੰਦੇ ਕਿ ਸਾਨੂੰ ਸਵਾਦ ਵੀ ਆਵੇ, ਇਸੇ ਕਰਕੇ ਪਰਮੇਸ਼ਰ ਨੇ ਇਹ ਜਿਹੜਾ ਖਾਸ ਇੰਡੀਗ੍ਰੈਂਟ ਆ ਜਿਹੜਾ ਦਿੱਤਾ ਆ, ਉਹ ਪ੍ਰਭੂ ਨੇ ਸਾਨੂੰ ਇਸ ਕਰਕੇ ਦਿੱਤਾ ਕਿ ਅਸੀਂ ਸਵਾਦ ਵੀ ਲੈ ਸਕੀਏ। ਤੇ ਪ੍ਰਭੂ ਪਰਮੇਸ਼ਰ ਨੇ ਤੁਹਾਨੂੰ ਤੇ ਮੈਨੂੰ ਇਸ ਕਰਕੇ ਨਮਕ ਕਿਹਾ, ਕਿਉਂਕਿ ਜੇ ਨਮਕ ਜਿਹੜਾ ਆ ਸਬਜ਼ੀ ਵਿੱਚ ਸਵਾਦ ਦਿੰਦਾ ਆ, ਤੇ ਪਰਮੇਸ਼ਰ ਨੇ ਤੁਹਾਨੂੰ ਤੇ ਮੈਨੂੰ ਇਸ ਸੰਸਾਰ ਵਿੱਚ ਇਸ ਕਰਕੇ ਰੱਖਿਆ ਆ ਤਾਂ ਕਿ ਅਸੀਂ ਇਸ ਸੰਸਾਰ ਨੂੰ ਸਵਾਦ ਦੇ ਸਕੀਏ। ਹਾਲੇਲੂਇਆ ਹਾਲੇਲੂਇਆ। ਜੇ ਸਬਜ਼ੀ ਵਿੱਚ ਨਮਕ ਨਾ ਪਾਇਆ ਜਾਵੇ ਸਬਜ਼ੀ ਦਾ ਸਵਾਦ ਨਹੀਂ ਆ। ਠੀਕ ਉਸੇ ਤਰ੍ਹਾਂ ਹੀ ਅਗਰ ਤੁਸੀਂ ਤੇ ਮੈਂ ਇਸ ਸੰਸਾਰ ਵਿੱਚ ਰਹਿ ਕੇ ਨਮਕ ਦਾ ਕੰਮ ਨਹੀਂ ਕੀਤਾ, ਯਾਨੀ ਕਿ ਸੰਸਾਰ ਨੂੰ ਸਮਾਜ ਨੂੰ ਅਸੀਂ ਸਵਾਦ ਨਹੀਂ ਦਿੱਤਾ, ਸਵਾਦ ਕਾਹਦਾ ਦੇਣਾ ਆ? ਕਿਉਂਕਿ ਤੁਹਾਡਾ ਜੀਵਨ ਬਦਲਿਆ ਆ, ਤੁਹਾਡਾ ਜੀਵਨ ਪ੍ਰਭੂ ਨੇ ਬਦਲਤਾ, ਤੁਹਾਡੇ ਜੀਵਨ ਨੂੰ ਖੁਦਾ ਨੇ ਚੇਂਜ ਕਰਤਾ, ਸਿਚੁਏਸ਼ਨ ਚੇਂਜ ਕਰਤੀ, ਔਰ ਇਸ ਕਰਕੇ ਵੀ ਹੈਵ ਟੂ ਬੀ ਸਾਲਟ ਆਫ ਦਾ ਅਰਥ। ਇਸ ਕਰਕੇ ਸਾਨੂੰ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਪ੍ਰਭੂ ਦਾ ਵਚਨ ਜਿਹੜਾ ਆ, ਆਪਣਾ ਜੀਵਨ ਜਿਹੜਾ ਆ ਲੋਕਾਂ ਦੇ ਵਿੱਚ ਇਨਵੈਸਟ ਕਰਕੇ, ਲੋਕਾਂ ਦੇ ਵਿੱਚ ਆਪਾਂ ਲੋਕਾਂ ਨੂੰ ਟੱਚ ਆਫ ਲਵ ਦੇ ਕੇ, ਆਪਣੇ ਪਿਆਰ ਜਿਹੜਾ ਆ ਉਹ ਦਿਖਾ ਕੇ ਲੋਕਾਂ ਦੇ ਜੀਵਨ ਦੇ ਵਿੱਚ ਜਿਹੜਾ ਸਵਾਦਲੈਸ ਟੇਸਟਲੈਸ ਜੀਵਨ ਹੈ ਲੋਕਾਂ ਦਾ, ਉਹਦੇ ਵਿੱਚ ਆਪਾਂ ਸਵਾਦ ਪਾਉਣ ਵਾਸਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕਿਹਾ ਆ। ਅਗਰ ਤੁਸੀਂ ਨਮਕ ਹੋ ਤੇ ਸਾਡਾ ਕੰਮ ਕੀ ਆ? ਟੂ ਗਿਵ ਟੇਸਟ। ਅਗਰ ਪ੍ਰਭੂ ਨੇ ਤੁਹਾਨੂੰ ਨਮਕ ਕਿਹਾ ਆ ਤੇ ਸਾਡਾ ਕੰਮ ਕੀ ਆ? ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਸਵਾਦ ਦੇਣਾ। ਸਵਾਦ ਕਾਹਦੇ ਨਾਲ ਦੇਵਾਂਗੇ? ਕਿਉਂ ਆਪਾਂ ਕਿਵੇਂ ਇਸ ਸੰਸਾਰ ਵਾਸਤੇ ਨਮਕ ਹੋ ਸਕਦੇ ਹਾਂ?
ਆਪਾਂ ਕਿਵੇਂ ਨਮਕ ਦਾ ਕੰਮ ਕਰ ਸਕਦੇ ਹਾਂ? ਕਿਉਂਕਿ ਪ੍ਰਭੂ ਯਸੂ ਨੇ ਕਿਹਾ ਕਿ ਤੁਸੀਂ ਨਮਕ ਹੋ। ਸਭ ਬੋਲੀ ਹਾਲੇਲੂਇਆ। ਅੱਖਾਂ ਖੋਲ ਕੇ ਰੱਖਣੀਆਂ, ਮੇਰੀ ਵੱਲ ਦੇਖਣਾ। ਪ੍ਰਭੂ ਯਸੂ ਨੇ ਕਿਹਾ ਤੁਸੀਂ ਨਮਕ ਹੋ ਸੰਸਾਰ ਦੇ, ਇਹ ਧਰਤੀ ਦੇ ਲੂਣ ਹੋ। ਤੇ ਜੇ ਲੂਣ ਬੇਸਵਾਦਾ ਹੋ ਜਾਏ ਤੇ ਉਹ ਕਿਸ ਵਿੱਚ ਫਿਰ ਸਲੂਣਾ ਕੀਤਾ ਜਾਂਦਾ ਆ? ਫਿਰ ਨਹੀਂ ਸਲੂਣਾ ਕੀਤਾ ਜਾਂਦਾ, ਫਿਰ ਨਮਕੀਨ ਵਾਪਸ ਨਹੀਂ ਆਉਂਦਾ, ਫਿਰ ਨਮਕ ਦਾ ਕੰਮ ਕੀ ਰਹਿ ਜਾਂਦਾ? ਕੁਛ ਵੀ ਨਹੀਂ। ਫਿਰ ਨਮਕ ਦਾ ਕੀ ਕੀਤਾ ਜਾਂਦਾ ਆ? ਨਮਕ ਨੂੰ ਸੁੱਟ ਦਿੱਤਾ ਜਾਂ ਬਾਹਰ, ਤਾਂ ਫਿਰ ਜਦ ਬਾਹਰ ਸੁੱਟ ਦਿੱਤਾ ਜਾਂਦਾ ਆ ਤੇ ਫਿਰ ਕੀ ਹੁੰਦਾ ਉਹਦਾ? ਉਹ ਮਨੁੱਖਾਂ ਦੇ ਪੈਰਾਂ ਹੇਠ ਮਿਧਿਆ ਜਾਂਦਾ, ਉਹਦਾ ਕੰਮ ਕੋਈ ਨਹੀਂ ਹੈ ਨਮਕ ਦਾ। ਹਾਲੇਲੂਇਆ। ਠੀਕ ਉਸੇ ਤਰ੍ਹਾਂ ਹੀ ਜੇ ਸਾਡਾ ਜੀਵਨ ਇਸ ਸੰਸਾਰ ਵਾਸਤੇ ਨਮਕ ਨਹੀਂ ਆ, ਜੇ ਅਸੀਂ ਦਿਆਲਤਾ ਦੇ ਨਾਲ ਨਹੀਂ ਭਰੇ ਹੋਏ ਲੋਕਾਂ ਦੇ ਵਾਸਤੇ, ਜੇ ਸਾਡੇ ਜੀਵਨ ਚ ਪ੍ਰੇਮ ਨਹੀਂ ਆ, ਜੇ ਸਾਡੇ ਜੀਵਨ ਚ ਚੰਗਿਆਈ ਨਹੀਂ ਆ ਲੋਕਾਂ ਵਾਸਤੇ, ਕਿਰਪਾ ਨਹੀਂ ਆ ਲੋਕਾਂ ਵਾਸਤੇ, ਅਸੀਂ ਕੰਪੈਸ਼ਨੇਟ ਨਹੀਂ ਆ ਲੋਕਾਂ ਵਾਸਤੇ, ਸਾਡੇ ਜੀਵਨ ਚ ਤਰਸ ਨਹੀਂ ਆ ਲੋਕਾਂ ਵਾਸਤੇ, ਤੇ ਅਸੀਂ ਉਹ ਸਵਾਦ ਲੋਕਾਂ ਨੂੰ ਨਹੀਂ ਦਿਖਾ ਰਹੇ ਜਿਹੜਾ ਦਿਖਾਉਣ ਵਾਸਤੇ ਪ੍ਰਭੂ ਯਸੂ ਮਸੀਹ ਨੇ ਤੁਹਾਨੂੰ ਤੇ ਮੈਨੂੰ ਕਿਹਾ ਕਿ ਤੁਸੀਂ ਜਗਤ ਦੇ ਨਮਕ ਹੋ, ਤੁਸੀਂ ਇਸ ਸੰਸਾਰ ਦੇ ਧਰਤੀ ਦੇ ਲੂਣ ਹੋ, ਔਰ ਸਾਨੂੰ ਕੀ ਕਰਨਾ ਆ? ਐਜ਼ ਏ ਸਾਲਟ, ਐਜ਼ ਏ ਨਮਕ ਸਾਨੂੰ ਇਸ ਸੰਸਾਰ ਦੇ ਵਿੱਚ ਸਵਾਦ ਬਣਨਾ ਆ। ਕਿੱਦਾਂ ਸਵਾਦ ਬਣਾਂਗੇ? ਅੱਗੇ ਆਇਤਾਂ ਪੜ੍ਹ ਕੇ ਅਸੀਂ ਪ੍ਰਭੂ ਦੇ ਵਚਨ ਸਿੱਖਾਂ ਲਿਖਿਆ ਹੈ ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਜਿਹੜਾ ਆ ਬੇਸਵਾਦ ਹੋ ਜਾਵੇ ਤਾਂ ਕਿਸ ਵਿੱਚ ਸਲੂਣਾ ਕੀਤਾ ਜਾਵੇ? ਉਹ ਫਿਰ ਕਿਸੇ ਕੰਮ ਦਾ ਨਹੀਂ। ਪਰ ਇਹ ਕਿ ਉਹ ਬਾਹਰ ਸੁੱਟਿਆ ਜਾਂਦਾ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿਧਿਆ ਜਾਂਦਾ, ਫਿਰ ਉਹਦਾ ਕੋਈ ਕੰਮ ਨਹੀਂ। ਠੀਕ ਸਾਡਾ ਜੀਵਨ ਵੀ ਆਤਮਿਕ ਜੀਵਨ, ਮਸੀਹੀ ਜੀਵਨ, ਕ੍ਰਿਸਚਨ ਲਾਈਫ ਏਦਾਂ ਦੀ ਆ। ਜੇ ਅਸੀਂ ਸੰਸਾਰ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਜਿਹਨਾਂ ਨਾਲ ਆਪਾਂ ਰਹਿੰਦੇ ਹਾਂ, ਜਿਹਨਾਂ ਨਾਲ ਆਪਾਂ ਮਿਲਦੇ ਵਰਤਦੇ ਹਾਂ, ਜੇ ਉਹਨਾਂ ਨੂੰ ਆਪਾਂ ਦਿਆਲਤਾ, ਪ੍ਰੇਮ, ਤਰਸ, ਕਿਰਪਾ ਆਪਾਂ ਨਹੀਂ ਦਿਖਾਉਂਦੇ ਤੇ ਸਾਡਾ ਜੀਵਨ ਜਿਹੜਾ ਆ ਕਿਸੇ ਦੇ ਜੀਵਨ ਨੂੰ ਵੀ ਉਹ ਸਵਾਦ ਨਹੀਂ ਬਣਾਏਗਾ। ਆਪਾਂ ਜੇ ਕਿਸੇ ਵਿਅਕਤੀ ਨਾਲ ਜੇ ਮਿਲਦੇ ਵਰਤਦੇ ਹਾਂ ਔਰ ਅਸੀਂ ਉਹਨੂੰ ਪ੍ਰਭੂ ਦਾ ਪ੍ਰੇਮ ਹੀ ਨਹੀਂ ਆਪਣੇ ਜੀਵਨ 'ਚ ਦਿਖਾਉਂਦੇ, ਦੇਰ ਆਰ ਮੈਨੀ ਵੇਜ਼ ਦੈਟ ਯੂ ਕੈਨ ਸ਼ੋਅ ਲਵ ਆਫ ਗੋਡ। ਬਹੁਤ ਸਾਰੇ ਤਰੀਕੇ ਆ ਕਿ ਤੁਸੀਂ ਪਰਮੇਸ਼ਰ ਦਾ ਪ੍ਰੇਮ ਸਿਰਫ ਇਹ ਕਰਨ ਵਾਸਤੇ ਕਿ ਤੁਸੀਂ ਪ੍ਰਭੂ ਦਾ ਵਚਨ ਪੂਰਾ ਕਰਨ ਵਾਸਤੇ ਕਿ ਤੁਸੀਂ ਧਰਤੀ ਦਾ ਲੂਣ ਹੋ, ਤੁਸੀਂ ਸੰਸਾਰ ਇਸ ਧਰਤੀ ਦਾ ਲੂਣ ਹੋ ਔਰ ਤੁਸੀਂ ਲੋਕਾਂ ਦੇ ਜੀਵਨ 'ਚ ਸਵਾਦ ਪਾਉਣਾ ਚਾਹੁੰਦੇ ਹੋ, ਉਹ ਦਿਖਾਉਣ ਵਾਸਤੇ ਬਹੁਤ ਸਾਰੇ ਤਰੀਕੇ ਆ। ਪ੍ਰਭੂ ਦਾ ਵਚਨ ਕੀ ਕਹਿੰਦਾ? ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪ੍ਰੇਮ ਕਰ। ਔਰ ਪ੍ਰਭੂ ਨੂੰ ਉਸ ਵਿਅਕਤੀ ਨੇ ਪੁੱਛਿਆ ਇੱਕ ਨੇ, ਭਾਈ ਮੇਰਾ ਗੁਆਂਢੀ ਕੌਣ ਆ? ਤੇ ਪ੍ਰਭੂ ਯਸੂ ਮਸੀਹ ਜੀ ਨੇ ਉਹ ਸਾਮਰੀ ਵਿਅਕਤੀ ਦੀ, ਉਹ ਜਿਹੜਾ ਵਿਅਕਤੀ ਜਿਹੜਾ ਆ ਰਿਹਾ ਸੀਗਾ, ਸਾਮਰੀ ਵਿਅਕਤੀ ਦੀ ਕਹਾਣੀ ਸੁਣਾਈ ਜਿਹਨੂੰ ਚੋਰਾਂ ਨੇ ਲੁੱਟ ਲਿਆ, ਡਾਕੂਆਂ ਨੇ ਲੁੱਟ ਲਿਆ। ਔਰ ਪ੍ਰਭੂ ਨੇ ਉਸ ਕਹਾਣੀ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਉਹ ਹਰ ਇੱਕ ਵਿਅਕਤੀ ਜਿਹਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਮਿਲਦੇ ਹੋ, ਤੁਹਾਡੇ ਟੱਚ ਵਿੱਚ ਆਉਂਦਾ ਆ, ਤੁਹਾਡਾ ਮਿਲਣ ਵਰਤਣ ਆਉਂਦਾ ਆ, ਹੁੰਦਾ ਆ ਉਹਦਾ, ਉਹ ਹਰ ਇੱਕ ਵਿਅਕਤੀ ਤੁਹਾਡਾ ਗੁਆਂਢੀ ਆ ਔਰ ਜਿਹਨੂੰ ਤੁਸੀਂ ਪਰਮੇਸ਼ੁਰ ਦਾ ਪ੍ਰੇਮ ਅਲੱਗ ਅਲੱਗ ਤਰੀਕੇ ਨਾਲ ਦਿਖਾ ਸਕਦੇ ਹੋ। ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਦੱਸੋ ਇਸ ਗੱਲ ਨੂੰ ਕਿ ਕਿਹੜੇ ਤਰੀਕੇ ਆ ਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਪ੍ਰੇਮ ਦਿਖਾ ਸਕੀਏ। ਹੈ ਕੋਈ ਤਰੀਕੇ ਪ੍ਰਭੂ ਦਾ ਪ੍ਰੇਮ ਦਿਖਾਉਣ ਨੂੰ ਲੋਕਾਂ ਦੇ? ਕਿਹੜੇ ਕਿਹੜੇ ਤਰੀਕੇ ਆ ਕਿੱਦਾਂ ਪ੍ਰਭੂ ਦਾ ਪਰਮੇਸ਼ੁਰ ਦਾ ਪ੍ਰੇਮ ਲੋਕਾਂ ਨੂੰ ਕਿਵੇਂ ਦਿਖਾ ਸਕਦੇ ਹਾਂ? ਤੁਹਾਡੇ ਸਾਰੇ ਜਵਾਬ ਜੋ ਤੁਸੀਂ ਦਓਗੇ ਬਿਲਕੁਲ ਠੀਕ ਹੋਣਗੇ, ਪਰ ਮੈਂ ਚਾਹਾਂਗਾ ਸਾਰੇ ਜਣੇ ਆਪਣਾ ਆਪਣਾ ਇੱਕ ਇੱਕ ਜਣਾ ਜ਼ਰੂਰ ਬੋਲ ਕੇ ਦੱਸੀਏ ਵੀ ਕਿਹੜੇ ਤਰੀਕੇ ਆ ਅਸੀਂ ਕਿਵੇਂ ਪਰਮੇਸ਼ੁਰ ਦਾ ਪ੍ਰੇਮ ਲੋਕਾਂ ਨੂੰ ਦਿਖਾ ਸਕਦੇ ਹਾਂ। ਆਪਣੀ ਗਵਾਹੀ ਦੇ ਕੇ ਐਗਜੈਕਟਲੀ ਹੋਰ ਦਿਆ ਭਾਵਨਾ ਹੋਰ ਭੈਣਾਂ ਵਿੱਚੋਂ ਓਕੇ ਮਦਦ ਕਰਕੇ, ਅਨੇਕ ਪ੍ਰਕਾਰ ਦੀ ਮਦਦ ਕਰਕੇ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਪ੍ਰੇਮ ਦਿਖਾ ਸਕਦੇ ਹਾਂ। ਹੋਰ ਚੰਗਾ ਵਧੀਆ ਬੋਲ ਕੇ, ਪਿਆਰ ਨਾਲ ਬੋਲ ਕੇ, ਉਹਨਾਂ ਦੇ ਕੰਮਾਂ ਦਾ ਉਹਨਾਂ ਦੇ ਓਕੇ ਉਹਨਾਂ ਦੇ ਜਿਹੜੇ ਕੰਮ ਸਹੀ ਆ
जेड़े सानू बाइबल दे विच अलाउ कीते करने उहनां दे विच सांझी बन गए, पर जिन्हां गल्लां नू परमेश्वर दा वचन मना करदा आ आपां उहनां विच सांझी नहीं होणा। उहनां दे ਉਹ ਕੰਮ ਜਿਹੜੇ ਸਾਨੂੰ ਲੱਗਦਾ ਕਿ ਬਾਈਬਲ ਕਹਿੰਦੀ ਕੋਈ ਨਹੀਂ ਜੀ ਇਹਨਾਂ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ, ਸਾਂਝੀ ਹੋ ਕੇ ਕੋਈ ਗੱਲ ਨਹੀਂ ਕਰ ਸਕਦੇ ਆ। ਪਰ ਜਿਹਨਾਂ ਗੱਲਾਂ ਨੂੰ ਜਿਹੜੇ ਕੰਮਾਂ ਨੂੰ ਬਾਈਬਲ ਮਨਾ ਕਰਦੀ ਆ, ਭਾਈ ਤੁਸੀਂ ਇਸ ਸੰਸਾਰ ਤੋਂ ਅਲੱਗ ਹੋ ਜਾਣਾ। ਅਲੱਗ ਹੋ ਜਾਣਾ ਮਤਲਬ ਇਨਸਾਨ ਸੰਸਾਰ ਦੇ ਕੰਮਾਂ ਜਿਹੇ ਕੰਮ ਤੁਸੀਂ ਨਹੀਂ ਕਰਨੇ। ਖਿਆਲ ਰੱਖਣਾ ਇਸ ਗੱਲ ਦਾ। ਹੋਰ ਹੋਰ ਕੋਈ ਬਹੁਤ ਸਾਰੇ ਤਰੀਕੇ ਆ ਕਿ ਅਸੀਂ ਲੋਕਾਂ ਨੂੰ ਪ੍ਰਭੂ ਦਾ ਪ੍ਰੇਮ ਦਿਖਾ ਸਕਦੇ ਹਾਂ। Some of the ways that you can show love. ਕਿਹੜੇ ਤਰੀਕੇ ਆ? ਭਲਾਈ ਕਰਕੇ, ਓਕੇ, ਭਲਾਈ ਕਰਕੇ, ਦਿਆਲਤਾ ਦਿਖਾ ਕੇ, ਪ੍ਰੇਮ ਦਿਖਾ ਕੇ, ਆਪਣੀ ਗਵਾਹੀ ਸ਼ੇਅਰ ਕਰਕੇ। ਪਰ ਬਾਈਬਲ ਦੇ ਵਿੱਚ ਆਪਾਂ ਦੇਖਾਂਗੇ, ਸਾਰੇ ਤੁਹਾਡੇ ਸਵਾਲ ਦੇ ਜਵਾਬ ਸਹੀ ਆ, ਪਰ ਬਾਈਬਲ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਬਾਈ ਸ਼ੇਅਰਿੰਗ ਲਵ, ਪਰਮੇਸ਼ਵਰ ਦਾ ਪ੍ਰੇਮ ਔਰ ਚੰਗਿਆਈ, ਦਇਆ, ਭਲਿਆਈ, ਚੰਗਿਆਈ, ਚੰਗਾ ਬੋਲ ਕੇ, ਚੰਗੇ ਤਰੀਕੇ ਨਾਲ ਡੀਲ ਕਰਕੇ, ਹੈਲਪ ਕਰਕੇ, ਸੋਸ਼ਲ ਸਰਵਿਸ ਕਰਕੇ। ਅਗਰ ਕਿਸੇ ਦੇ ਕੁਝ ਖਾਣ ਨੂੰ ਨਹੀਂ ਆ ਤਾਂ ਉਹਨੂੰ ਦੇ ਕੇ, ਅਗਰ ਤੁਸੀਂ ਮਦਦ ਕਰ ਸਕਦੇ ਹੋ ਕਿਸੇ ਦੀ ਤਾਂ ਮਦਦ ਕਰਕੇ। ਪਰ ਬਾਈਬਲ ਦੇ ਵਿੱਚ ਜਿਹੜੇ ਅਰਲੀ ਡਿਸਾਈਪਲ ਸੀਗੇ, ਜਿਹੜੇ ਅਪੋਸਲ ਸੀਗੇ, ਪ੍ਰੇਰਿਤ ਸੀਗੇ, ਉਹਨਾਂ ਨੇ ਪਰਮੇਸ਼ਵਰ ਦਾ ਪ੍ਰੇਮ ਜਿਹੜਾ ਸੀਗਾ ਉਹ ਲੋਕਾਂ ਨੂੰ ਕਿੱਦਾਂ ਦਿਖਾਇਆ। ਉਹਨਾਂ ਦੇ ਕੋਲ ਕੁਛ ਨਹੀਂ ਸੀਗਾ, ਉਹਨਾਂ ਨੇ ਆਪਣਾ ਜੀਵਨ ਇਸ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ, ਇਸ ਦੁਨੀਆ ਵਿੱਚ ਇਨਵੈਸਟ ਕਰ ਦਿੱਤਾ। ਉਹ ਹਰ ਜਗ੍ਹਾ ਗਏ, ਸਾਰੀ ਦੁਨੀਆ ਵਿੱਚ ਗਏ, ਔਰ ਉਹਨਾਂ ਨੇ ਸੁਸਮਾਚਾਰ ਸੁਣਾ ਕੇ, ਆਪਣੀਆਂ ਗਵਾਹੀਆਂ ਸੁਣਾ ਕੇ, ਪ੍ਰਭੂ ਯਿਸੂ ਮਸੀਹ ਦੇ ਕੀਤੇ ਹੋਏ ਕੰਮ ਲੋਕਾਂ ਨੂੰ ਦੱਸ ਕੇ, ਔਰ ਉਹਨਾਂ ਨੇ ਆਪਣੇ ਆਪ ਨੂੰ ਇਹ ਸਾਬਤ ਕੀਤਾ ਕਿ ਮੈਂ ਪ੍ਰਭੂ ਯਿਸੂ ਮਸੀਹ ਨੇ ਜਿਵੇਂ ਕਿਹਾ ਕਿ ਮੈਂ ਇਸ ਧਰਤੀ ਦਾ ਨਮਕ ਹਾਂ। ਇਸ ਸੰਸਾਰ ਵਿੱਚ ਉਹਨਾਂ ਨੇ ਨਮਕ ਦਾ ਕੰਮ ਕੀਤਾ। ਕਿਉਂ? ਕਿਉਂਕਿ ਲੋਕ ਜਿਹੜੇ ਸੀਗੇ ਉਹ ਟੇਸਟਲੈਸ ਆ, ਲੋਕਾਂ ਦਾ ਜੀਵਨ ਜਿਹੜੇ ਆ ਉਹ ਸਵਾਦ ਰਹਿਤ ਆ, ਉਹਨਾਂ ਦੇ ਜੀਵਨ ਚ ਸਵਾਦ ਨਹੀਂ ਆ। ਪੈਸਾ ਬਹੁਤ ਲੋਕਾਂ ਤੋਂ, ਸਭ ਕੁਛ ਹੈਗਾ, ਪਰ ਉਹਨਾਂ ਦੇ ਜੀਵਨ ਚ ਸ਼ਾਂਤੀ ਨਹੀਂ ਆ, ਉਹਨਾਂ ਦੇ ਜੀਵਨ ਚ ਸਵਾਦ ਨਹੀਂ ਆ। ਤੇ ਸਵਾਦ ਕਿੱਥੋਂ ਆਉਂਦਾ ਆ? ਸਵਾਦ ਆਉਂਦਾ ਨਮਕ ਤੋਂ। ਜੇ ਨਮਕ ਜਿਹੜਾ ਆ ਇੱਕ ਵਿਅਕਤੀ ਨਾ ਖਾਵੇ ਸਾਰੀ ਉਮਰ, ਕੋਈ ਦੱਸ ਸਕਦਾ ਉਹਨਾਂ ਕੀ ਹੋਣਾ? ਕਿਸੇ ਨੂੰ ਪਤਾ? ਜੇ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ 20-30 ਸਾਲ ਤੱਕ ਅਗਰ ਨਮਕ ਨਹੀਂ ਖਾਓ ਤੇ ਤੁਹਾਡਾ ਜਿਹੜਾ ਜੀਵਨ ਆ, ਤੁਹਾਡਾ ਸਰੀਰ ਆ, ਉਹਦੇ ਵਿੱਚ ਜ਼ਹਿਰ ਹੀ ਜ਼ਹਿਰ ਹੋਏਗੀ। ਸੱਪ ਜਿੰਨੀ ਜ਼ਹਿਰ ਤੁਹਾਡੇ 'ਚ, ਉਹਦੇ ਨਾਲੋਂ ਵੀ ਜ਼ਿਆਦਾ ਤੁਹਾਡੇ ਜੀਵਨ 'ਚ ਜਿਹੜੀ ਜ਼ਹਿਰ ਆ ਬਣ ਜਾਊਗੀ ਨਮਕ ਤੋਂ ਬਗੈਰ। ਆਪਾਂ ਜਾਣ ਸਕਦੇ ਹਾਂ ਅਗਰ ਸੱਪ ਨੂੰ ਅਸੀਂ ਮਾਰਦੇ ਹਾਂ ਤੇ ਇੱਕ ਵਿਅਕਤੀ ਜਿਹੜਾ ਜ਼ਹਿਰੀਲਾ ਵਿਅਕਤੀ ਜਿਹਦੇ ਅੰਦਰ ਜ਼ਹਿਰ ਆ, ਉਹ ਸੰਸਾਰ ਇਸ ਸਮਾਜ ਵਿੱਚ ਕਿੱਦਾਂ ਰਹਿ ਸਕਦਾ ਆ? ਕਿਉਂ? ਕਿਉਂਕਿ ਉਹਦੇ ਜੀਵਨ 'ਚ ਉਹਨੇ ਨਮਕ ਨਹੀਂ ਖਾਧਾ, ਲੂਣ ਨਹੀਂ ਖਾਧਾ ਉਹਨੇ। ਔਰ ਲੂਣ ਜਿਹੜਾ ਆ ਉਹ ਹਿਊਮਨ ਬਾਡੀ ਵਾਸਤੇ, ਉਹਨੂੰ ਬਣਾ ਕੇ ਰੱਖਣ ਵਾਸਤੇ, ਸਿਹਤਮੰਦ ਰੱਖਣ ਵਾਸਤੇ, ਮਨੁੱਖੀ ਸਿਹਤ ਨੂੰ ਬਣਾਈ ਰੱਖਣ ਵਾਸਤੇ ਨਮਕ ਜਿਹੜਾ ਆ ਇੱਕ ਅਹਿਮ ਭੂਮਿਕਾ ਨਿਭਾਉਂਦਾ ਆ। ਤੇ ਪ੍ਰਭੂ ਇਹ ਚੇਲੇ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਸੰਸਾਰ ਵਿੱਚ, ਦੁਨੀਆਂ ਵਿੱਚ, ਸੁਸਮਾਚਾਰ ਸੁਣਾ ਕੇ, ਖੁਸ਼ਖਬਰੀ ਸੁਣਾ ਕੇ, ਯਿਸੂ ਮਸੀਹ ਦੇ ਬਾਰੇ ਦੱਸ ਕੇ, ਹਰ ਜਗ੍ਹਾ ਜਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਅਸੀਂ ਇਸ ਸੰਸਾਰ, ਇਸ ਦੁਨੀਆਂ ਦੇ, ਇਸ ਧਰਤੀ ਦੇ ਵਾਕਿਆ ਹੀ ਨਮਕ ਆ। ਉਹ ਬੇਸਵਾਦ ਨਹੀਂ ਹੋਏ, ਉਹਨਾਂ ਨੇ ਸਵਾਦ ਭਰਤਾ ਲੋਕਾਂ ਦੇ ਜੀਵਨ ਦੇ ਵਿੱਚ, ਲੋਕਾਂ ਦੇ ਜੀਵਨਾਂ ਦੇ ਵਿੱਚ ਉਹਨਾਂ ਨੇ ਆਨੰਦ ਭਰ ਦਿੱਤਾ, ਲੋਕਾਂ ਦੇ ਜੀਵਨਾਂ 'ਚ ਉਹਨਾਂ ਨੇ ਖੁਸ਼ੀਆਂ ਭਰਤੀਆਂ, ਲੋਕਾਂ ਦੇ ਜੀਵਨਾਂ 'ਚ ਉਹਨਾਂ ਨੇ ਆਸ਼ੀਸ਼ਾਂ ਭਰ ਦਿੱਤੀਆਂ। ਕਿਉਂ? ਇੱਕੋ ਹੀ ਸੋਰਸ ਆ। ਅਗਰ ਜਿਹੜਾ ਜਿਹੜਾ ਨਮਕ ਸਮੁੰਦਰ 'ਚੋਂ ਨਿਕਲਦਾ ਆ, ਹੋਰ ਕੋਈ ਸੋਰਸ ਨਹੀਂ ਆ ਨਮਕ ਦਾ, ਹੋਰ ਕਿਤੋਂ ਨਹੀਂ ਨਿਕਲਦਾ ਨਮਕ, ਠੀਕ ਬਰਕਤਾਂ ਦਾ, ਆਸ਼ੀਸ਼ਾਂ ਦਾ, ਉਧਾਰ ਦਾ ਔਰ ਖੁਸ਼ੀਆਂ ਦਾ ਸੋਰਸ ਸਿਰਫ ਤੇ ਸਿਰਫ ਇੱਕੋ ਹੀ ਸੋਰਸ ਆ, ਔਰ ਉਹ ਸੋਰਸ ਪ੍ਰਭੂ ਯਿਸੂ ਆ। ਹਾਲੇਲੂਇਆ।
इको ही है व्यक्ति जिसे राही एक इंसान के जीवन च उधार और खुशी और बरकत आ सकती है, छुटकारा आ सकता है, और ओ प्रभु यीशु आ। बाइबल कहती है रसूलों के करतब चार दी 12 इंच की लिखा है, रसूलों के करतब चार दी 12 इंच पढ़नी नहीं किसी ने भी, बाइबल बंद रखनी है। इतने दसना रसूलों के करतब चार दी 12 किनू आती है, कोई हैगा भला मानस पद्धर पुरश चार दी 12 बहुत सौखी आए तो बहुत सौखी चार दी 12 15 साल वाले जिन्हें 15 साल हो गए चर्चा बोलिए, 10 साल वाले बोलन, 5 साल वाले बोल देन, पढ़िए किसी नहीं आती आयत, किसी नहीं आती आयत, किसी आयत नहीं आती है। बाइबल खोल लो अपनी, की लिखा है, हाँ जी, और किसे दूसरे तो मुक्ति नहीं, क्योंकि जमीन दे ऊपर आसमान दे थले सिर्फ ते सिर्फ इको ही नाम दिता गया है जिस दे द्वारा तुसी ते मैं बचाए जाना है, और वो नाम कड़ा है सिर्फ ते सिर्फ यीशु नाम है। हालेलुया, मेरे वास्ते बहुत शर्म वाली गल है कि किसे नूं आयत नहीं आउंदी है, बहुत शर्म वाली गल मेरे वास्ते, किसी को पता ही नहीं कुछ भी ये आयत में की लिखा है, इंपॉर्टेंट आयत है, बहुत माड़ी गल, वेरी बैड, वेरी वेरी बैड। आयत याद होनी चाहिए अगले हफ्ते के सारे नोट कर लिए, जिन्हें को बाइबल है आयत ये याद होनी चाहिए सबनों, गल सुनी है या नहीं सुनी, गल सुन ली सबने, इधर सुन ली सबने भाइयों ने, 4:12 आयत तुहानू याद होनी चाहिए आ, 4:12 ओके, कल जे लोग इतने बैठे कि आयत सी, कि आयत सी कल सिस्टर जी जिन्हें आयत याद करने वास्ते कही, ओके जबूर 119 दी 105 आयत की लिखा, आंटी जी की लिखा जबूर 100 कितने गए आंटी, आंटी जी बोलो 105 आयत की लिखा, 119 दी 105 आयत आप कल गए सीखने वास्ते, हाँ हाँ तेरा वचन मेरे पैरां लई दीपक ते मेरे राहां लई, ओके 130 आयत की लिखा, 130 आयत, हाँ ओके आप आ रहे इस गल देते, प्रभु का वचन की कहना है जमीन उत्ते और आसमान दे थले कोई दूसरा नाम नहीं दिता गया। हालेलुया, जोर दी बोलो हालेलुया, सोने वाले बोलन हालेलुया, वैसे जागते ही है ठीक है, पता लग गया हुण तुहानू कोई दूसरा नाम नहीं दिता गया जेदे राही तुहाडा जिहड़ा जीवन आ इस धरती दा नमक बन जाए, सिर्फ इको ही नाम आ और ओ प्रभु यीशु आ, क्योंकि तुहाडा जीवन बदलिया और ओही नाम लैके जाण वास्ते प्रभु दा वचन कह रहा कि तुसी इस धरती दे नमक हो और जाओ संसार दे विच। तुहानू पता जिहड़ा परसीक्यूशन होया सी, सताओ आया यरूशलम दे विच, ओ परमेश्वर वल्लों सीगा, यरूशलम च पहली सदी में जो फर्स्ट एडी मे बी 52 AD जो सताव होया परमेश्वर वालों सीगा, इस करके परमेश्वर वालों सी कि परमेश्वर अपने वचन का नमक सुसमाचार का नमक सारी दुनिया के फैलाना चाहता सीगा, सारी दुनिया को स्वाद देना चाहता सीगा, सारी दुनिया जी टेस्ट ल
ਜਿਹੜਾ ਸੀਗੀ ਜਿਹੜਾ ਜੀਵਨ ਚ ਟੇਸਟ ਨਹੀਂ ਸੀਗਾ ਔਰ ਬਿਨਾ ਨਮਕ ਤੋਂ ਜ਼ਹਿਰ ਬਣਦਾ ਸੀਗਾ ਔਰ ਸੰਸਾਰ ਔਰ ਸੰਸਾਰ ਸੰਸਾਰਿਕ ਪ੍ਰਾਣੀ ਜਿਹੜੇ ਸੀਗੇ ਉਹ ਜ਼ਹਿਰ ਬਣਦੇ ਜਾ ਰਹੇ ਸੀ ਲੇਕਿਨ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜਿਹੜੇ ਸੀ ਉਹਨਾਂ ਦਾ ਸਲੀਪੀ ਬਲੀਦਾਨ ਜਿਹੜਾ ਸੀਗਾ ਉਸ ਸਲੀਪੀ ਬਲੀਦਾਨ ਨੇ ਇਨਸਾਨ ਦੇ ਜੀਵਨ ਦੇ ਵਿੱਚ ਸਵਾਦ ਲੈ ਕੇ ਆਂਦਾ ਔਰ ਉਹ ਸਵਾਦ ਸਿਰ ਤੇ ਸਿਰ ਪ੍ਰਭੂ ਯਿਸੂ ਮਸੀਹ ਕਰਕੇ ਇਸ ਕਰਕੇ ਪ੍ਰਭੂ ਨੇ ਕਿਹਾ ਹੁਣ ਤੁਸੀਂ ਕੀ ਬਣ ਗਏ ਹੋ ਤੁਸੀਂ ਸੰਸਾਰ ਦੇ ਨਮਕ ਬਣ ਗਏ ਹੋ ਔਰ ਜੇ ਤੁਸੀਂ ਸਵਾਦ ਨਹੀਂ ਪਾਵੋਗੇ ਤੁਸੀਂ ਬੇਸਲੂਣੇ ਹੋ ਜਾਓਗੇ ਤਾਂ ਫਿਰ ਤੁਹਾਡਾ ਕੰਮ ਕੋਈ ਨਹੀਂ ਰਹਿ ਜਾਂਦਾ ਹਾਲੇਲੂਇਆ ਹਾਲੇਲੂਇਆ ਔਰ ਬੋਲੀਏ ਮੇਰੇ ਪਿੱਛੇ ਬੋਲੀਏ ਮੈਂ ਧਰਤੀ ਦਾ ਨਮਕ ਹਾਂ ਮੈਂ ਧਰਤੀ ਦਾ ਨਮਕ ਹਾਂ ਮੈਂ ਸਵਾਦ ਦੇਵਾਂਗਾ ਮੈਂ ਇਸ ਸੰਸਾਰ ਵਿੱਚ ਸਵਾਦ ਦੇਵਾਂਗਾ ਨਮਕ ਦਾ ਕੰਮ ਕਰਾਂਗਾ ਹਾਲੇਲੂਇਆ ਲੂਣ ਜ਼ਿਆਦਾ ਹੋ ਜਾਏ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਪਰ ਉਹਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਐਕਟੀਵਿਟੀ ਪ੍ਰਕਿਰਿਆ ਕਰਨੀ ਪੈਣੀ ਆ ਕਿਰਿਆਸ਼ੀਲ ਲੈਣਾ ਆ ਔਰ ਇਸ ਕਰਕੇ ਜਿਹੜੇ ਚੇਲੇ ਸੀਗੇ ਉਹਨਾਂ ਨੇ ਨਮਕ ਬਹੁਤ ਖਾਧਾ ਸੀ ਬਹੁਤ ਸਟੋਰ ਕੀਤਾ ਸੀਗਾ ਲੇਕਿਨ ਉਹ ਗਏ ਸੰਸਾਰ ਦੇ ਵਿੱਚ ਪੂਰੇ ਸੰਸਾਰ ਨੂੰ ਉਹਨਾਂ ਨੇ ਅਪਸ ਐਂਡ ਡਾਊਨ ਕਰ ਦਿੱਤਾ ਪੂਰੇ ਸੰਸਾਰ ਵਿੱਚ ਉਹਨਾਂ ਨੇ ਨਮਕ ਫੈਲਾ ਦਿੱਤਾ ਪੂਰੇ ਸੰਸਾਰ ਚ ਸਵਾਦ ਦੇ ਦਿੱਤਾ ਅੱਜ ਇਸ ਕਰਕੇ ਕਿਹਾ ਜਾਂਦਾ ਆ ਕਿ ਵੀ ਮਸਟ ਸ਼ੇਅਰ ਦਾ ਗੋਸਪਲ ਸਾਨੂੰ ਜ਼ਰੂਰ ਆ ਕਿ ਅਸੀਂ ਸੰਸਾਰ ਵਿੱਚ ਜਾਈਏ ਲੋਕਾਂ ਨਾਲ ਅਸੀਂ ਪ੍ਰੇਮ ਵੰਡੀਏ ਲੋਕਾਂ ਦੇ ਨਾਲ ਅਸੀਂ ਦਿਆਲਤਾ ਵੰਡੀਏ ਲੋਕਾਂ ਦੇ ਨਾਲ ਅਸੀਂ ਕਿਰਪਾ ਵੰਡੀਏ ਲੋਕਾਂ ਨੂੰ ਅਸੀਂ ਹੈਲਪ ਕਰੀਏ ਤਾਂ ਕਿ ਪਰਮੇਸ਼ਰ ਦਾ ਪ੍ਰੇਮ ਲੋਕਾਂ ਨੂੰ ਦਿਖਾਇਆ ਜਾਏ ਤਾਂ ਕਿ ਅਸੀਂ ਸੰਸਾਰ ਵਾਸਤੇ ਇਸ ਧਰਤੀ ਵਾਸਤੇ ਨਮਕ ਬਣ ਸਕੀਏ ਇਸ ਕਰਕੇ ਵੀ ਮਸਟ ਸਾਨੂੰ ਜ਼ਰੂਰ ਆ ਕਿ ਅਸੀਂ ਆਪਣੇ ਜੀਵਨ ਨੂੰ ਇੱਕ ਨਮਕ ਦੀ ਤਰ੍ਹਾਂ ਇਸ ਸੰਸਾਰ ਵਿੱਚ ਪਲਾਂਟ ਕਰੀਏ ਤਾਂ ਕਿ ਸਾਡੇ ਜੀਵਨ ਦੇ ਵਿੱਚ ਬਰਕਤ ਆਵੇ ਔਰ ਪਰਮੇਸ਼ਰ ਦੀ ਮਹਿਮਾ ਆਵੇ ਔਰ ਦੂਸਰੀ ਗੱਲ ਪ੍ਰਭੂ ਪਰਮੇਸ਼ਰ ਨੇ ਜਿਹੜੀ ਕਹੀ ਕਿ ਤੁਸੀਂ ਕੀ ਹੋ ਜਗਤ ਦੀ ਜੋਤੀ ਹੋ ਜਗਤ ਦਾ ਚਾਨਣ ਹੋ ਪ੍ਰਭੂ ਯਿਸੂ ਜੀ ਨੇ ਕਿਹਾ 8:12 ਵਿੱਚ ਜੋ ਉਹਨਾਂ ਦੀ ਅੰਜੀਲ 8:12 ਚ ਕੀ ਕਿਹਾ ਪ੍ਰਭੂ ਯਿਸੂ ਜੀ ਨੇ ਮੈਂ ਕੀ ਹਾਂ ਜਗਤ ਦਾ ਚਾਨਣ ਮੈਂ ਹਾਂ ਆਪਣੇ ਆਪ ਨੂੰ ਕਿਹਾ ਉਹਨਾਂ ਨੇ ਪ੍ਰਭੂ ਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਚੱਲਦਾ ਉਹ ਹਨੇਰੇ ਵਿੱਚ ਹੀ ਰਹੇਗਾ ਪ੍ਰਭੂ ਯਿਸੂ ਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਚੱਲਦਾ ਉਹ ਹਨੇਰੇ ਵਿੱਚ ਹੀ ਰਹੇਗਾ ਉਹਦੇ ਜੀਵਨ ਚ ਕੋਈ ਚਾਨਣ ਨਹੀਂ ਆਵੇਗਾ ਇੱਦਾਂ ਹੀ ਕਿਹਾ ਸੀ ਕਿੱਦਾਂ ਕਿਹਾ ਸੀ ਫਿਰ ਪ੍ਰਭੂ ਨੇ ਕੀ ਕਿਹਾ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਚੱਲਦਾ ਉਹ ਕਦੇ ਵੀ ਹਨੇਰੇ ਵਿੱਚ ਨਹੀਂ ਰਹੇਗਾ ਹਾਲੇਲੂਇਆ 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 ਲਾਈਟ ਜਿਹੜੀ ਆ ਲਾਈਟ ਚਾਨਣ ਥਿਓਲੋਜੀਅਨ ਕਹਿੰਦੇ ਆ ਜਿਹੜਾ ਸੱਭਿਆਚਾਰਾਂ ਵਿੱਚ ਰੋਸ਼ਨੀ ਜਿਹੜੀ ਆ ਉਹ ਸਮਝ ਅਤੇ ਬੌਧਿਕ ਵਿਚਾਰਾਂ ਦਾ ਇੱਕ ਪ੍ਰਾਚੀਨ ਪ੍ਰਤੀਕ ਆ ਏਦਾਂ ਕਿਹਾ ਜਾਂਦਾ ਆ ਜਿਹੜੀ ਸਮਝ ਆ ਜਿਹੜੇ ਬੌਧਿਕ ਜਾਣੀ ਕਿ ਬੁੱਧੀ ਦੇ ਵਿਚਾਰ ਅਤੇ ਜਿਹੜੀ ਸਮਝ ਆ ਉਹ ਰੋਸ਼ਨੀ ਦਾ ਪ੍ਰਤੀਕ ਆ ਲਾਈਟ ਦਾ ਪ੍ਰਤੀਕ ਆ ਇਹ ਅਗਿਆਨਤਾ ਜਾਂ ਹਨੇਰੇ ਦੇ ਉਲਟ ਆ ਬਿਲਕੁਲ ਰੋਸ਼ਨੀ ਅਗਿਆਨਤਾ ਤੇ ਹਨੇਰੇ ਦੇ ਉਲਟ ਆ ਆਮ ਤੌਰ ਤੇ ਹਨੇਰੇ ਨੂੰ ਡਰਾਉਣਾ ਤੇ ਭਿਆਨਕ ਮੰਨਿਆ ਜਾਂਦਾ ਆ ਹਨੇਰੇ ਨੂੰ ਡਰਾਉਣਾ ਤੇ ਭਿਆਨਕ ਮੰਨਿਆ ਜਾਂਦਾ ਆ ਔਰ ਆਪਾਂ ਡਰਦੇ ਹਾਂ ਹਨੇਰੇ ਨੂੰ ਹਨੇਰੇ ਤੋਂ ਡਰਦੇ ਹਾਂ ਹਨੇਰੇ 'ਚ ਆਪਾਂ ਬਾਹਰ ਨਿਕਲਦੇ ਬਹੁਤ ਸਾਰੀਆਂ ਗੱਲਾਂ ਆਪਾਂ ਜਾਣਦੇ ਹਾਂ ਪ੍ਰੈਕਟੀਕਲ ਗੱਲਾਂ ਆ ਜੋ ਉਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਜੋ ਅਸੀਂ ਨਹੀਂ ਸਮਝਦੇ ਹਨੇਰਾ ਜਿਹੜਾ ਆ ਉਹਨਾਂ ਚੀਜ਼ਾਂ ਦੇ ਨਾਲ ਜੁੜਿਆ ਆ ਜਿਹੜੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ ਅਗਰ ਆਪਾਂ ਹਨੇਰੇ 'ਚ ਹਾਂ ਤੇ ਸਾਨੂੰ ਗੱਲਾਂ ਜਿਹੜੀਆਂ ਸਮਝ ਨਹੀਂ ਆਉਣੀਆਂ ਹਨੇਰੇ ਵਿੱਚ ਰਵਾਂਗੇ ਤੇ ਗੱਲਾਂ ਸਾਨੂੰ ਦਿਸਣੀਆਂ ਨਹੀਂਗੀਆਂ ਜੇ ਹਨੇਰਾ ਹੋ ਜਾਏ ਤੇ ਆਪਾਂ ਆਈਡੈਂਟੀਫਾਈ ਨਹੀਂ ਕਰ ਪਾਵਾਂਗੇ ਜੇ ਹਨੇਰਾ ਹੋ ਜਾਏ ਤੇ ਚੀਜ਼ਾਂ ਸਾਨੂੰ ਦਿਸਣਗੀਆਂ ਨਹੀਂ ਬਲਕਿ ਹਨੇਰੇ ਵਿੱਚ ਕੀ ਹੋਏਗਾ ਸਾਨੂੰ ਡਰ ਲੱਗੇਗਾ ਅਸੀਂ ਘਬਰਾ ਜਾਵਾਂਗੇ ਡਰਾਉਣਾ ਆ ਹਨੇਰਾ ਭਿਆਨਕ ਮੰਨਿਆ ਜਾਂਦਾ ਆ
जो सानू समझ नहीं आउंदा, पर रोशनी नू हनेरे जिहड़ी रोशनी आ हनेरे नू जित्तण अते हफड़ा तफड़ी तो बाहर लियाउण लई किया जांदा है। जिहड़ी रोशनी आ ओह करदी आ हनेरे नू जित लैंदी आ। ते असीं जिहड़ी जदों पैनिक हो जांदे आ, क्यों पैनिक व्यक्ति क्यों हुंदा आ, क्योंकि जदों उहनू व्यक्ति नू कोई किन घटना हो जांदी किते ते उहनू समझ नहीं आउंदी ते मैं की करां, उहनू समझ नहीं आउंदी मैं की करां, ते फिर हफड़ा तफड़ी पै जांदी आ। हनेरे विच इस तरह हुंदा आ, जो तुहाडे जीवन विच हनेरा आया ते तुहानू पता नहीं लगना, हनेरा जदों हुंदा आ ते सानू पता नहीं लगना आपां की करिए। कोई घटना हो जाए रात नू आपां की कहने आ, भाई लाइट जगाओ, बाहर जाना होवे आपां की करदे आ, आपां लाइट जगा के जाने आ। मैं जदों छोटा हुंदा सीगा मैनू हनेरे तों बहुत डर लगदा सी, मेरे नाल दे जिहड़े साथी सीगे उन्होंने जान बुझ के जदों खेलना ना ते उन्होंने हनेरे वाले कमरे चल जाना। उन्होंने पता सीगा कि मैनू डर लगता हनेरे तो, और मैनू उन्होंने पता सीगा कि असी मैं हनेरे वाले कमरे च नहीं जा सकता क्योंकि मैनू डर लगता सी हनेरे तो, मैं हनेरे वाले कमरे च नहीं जा सकता सीगा। और वो जान बुझ के उत्थे जांदे सी क्योंकि मेरे तो सारे वड्डे सी, मैं छोटा सीगा और मैनू डर लगती सी हनेरे तो, हनेरा मेरे वास्ते भयानक सी। अज भी बहुत सारे बच्चे इदां दे आ जिहड़े कल्ले उठ के ईवन वाशरूम नहीं जांदे रात नू क्योंकि हनेरे तो डर लगता, हनेरा भयानक आ। हनेरा जिहड़ा आ ओह सानू मने जांदा कि पर भयानक ते डराउणा आ हनेरा, पर बाइबल दे विच बाइबल दे विच जिहड़ा चानण आ जिहड़ा हनेरे दे उल्ट आ उहनू कई शब्दां दे नाल एड्रेस कीता गया, कई शब्दां दे नाल बाइबल दा जिहड़ा बाइबल दे विच चानण नू कई शब्दां नाल एड्रेस कीता गया। बाइबल दे विच जिहड़ा चानण आ उहनू पवित्रता ही कहा गया, बाइबल दे जिहड़ा चानण आ उहनू गुडनेस चंगाई कहा गया, बाइबल दे विच चानण नू ज्ञान कहा गया, नॉलेज बुद्ध कहा गया, ग्रेस कहा गया, दया कहा गया, आशा कहा गया आ, और परमेश्वर दा प्रकाश कहा गया आ। और बाइबल जिहड़ी आ इट इटसेल्फ इज ए वर्ड ऑफ गॉड, इट इटसेल्फ इज द लाइट ऑफ द वर्ल्ड। बाइबल दा वचन जिहड़ा आ इस संसार दा चानण आ, पर जिहड़ा जिहड़ा हनेरा आ इह हमेशा पाप दे नाल, शैतान दे नाल अते निराशा दे नाल हमेशा ताल्लुक रखता आ। हनेरा पाप, निराशा ते शैतान दे नाल ताल्लुक रखता आ। बाइबल दे विच मत्ती दी इंजील चार दे आयो दी 16 आयत असी जदों पढ़दे आ प्रभु यीशु जी दा जिहड़ा जन्म होया, जन्म होण तों बाद जदों प्रभु यीशु जी ने सेवकाई शुरू करनी सी उहदे बारे प्रभु यीशु दे बारे पहले क्या गया सीगा, याद रखिए पहला आदम जिहड़ा परमेश्वर ने बनाया सी उहदे राही संसार दे विच मौत आई, लेकिन परमेश्वर ने आदम नूं उस मिट्टी तों रचिया सीगा जिहदे बारे आपां सिखिया, आदमा तो मिट्टी तो ग्राउंड ऑफ द अर्थ इतों बनाया सी, लेकिन एडम जिहड़ा मतलब आ ब्लड उहदे राही रचिया गया सीगा, लेकिन आदम जिहड़ा परमेश्वर ने बनाया सीगा, आदम जिहड़ा जिहदे विच दम पाया सी परमेश्वर ने उहनूं इस करके रचिया सीगा ताकि उह इस संसार दे विच रहे, ताकि वह संसार दे विच रहे। आदम नूं परमेश्वर ने इस करके बनाया सीगा, उहने इस करके परमेश्वर ने आदम नूं बनाया सी कि उहनूं इक नमक करके गया सी कि नमक जिहड़ा सीगा जिवें उह प्रजर्व करदा चीज़ां नूं, आदम इस संसार इस सृष्टि नूं प्रजर्व करे, इहनूं संभाल के रखे। और लाइट परमेश्वर ने लाइट जिहड़ी आ इस करके इस संसार च बनाई ताकि असीं भले ते बुरे दी पछाण कर सकीए। लाइट इस करके परमेश्वर ने बनाई और परमेश्वर ने ज्योतां बनाईयां ताकि असीं देख सके, सब कुछ स्पष्ट देख सकीए। बहुत सारियां गल्लां इहदे विच होर करने वालियां आपां ध्यान करांगे। और प्रभु यीशु दे जदों जन्म होणा सीगा उस तों पहले ही, जन्म तों बाद सेवा शुरू करन तों बाद पहलां उह लिखिआ आया कि पढ़िए प्लीज कोई भी 4:16 मत्ती दी इंजील 4:16 ओके, जेड़े लोग हनेरे विच बैठे सन ए उस वेले दी गल आ जदों प्रभु यीशु दा जन्म हो गया, और प्रभु यीशु मसीह ही वाज जस्ट अबाउट टू एंटर इनटू हिज मिनिस्ट्री, ओ अपनी सेवकाई दे विच दाखल होने वाले सीगे, सेवकाई दे विच। याद रखिए जदों प्रभु यीशु मसीह जी दा
प्रकाश उन्हां मयूसियां दे पिया ओ एस्ट्रोलॉजर्स ओ ज्योतिषी उन्होंने की वेख्या सीगा उन्होंने तारा वेख्या सीगा तारे विच की हुंदी आ रोशनी लाइट और ओ तारे नू वेखदे वेखदे उस महान उस लाइट दे कोल चले गए ओ प्रकाश जिहड़ा हनेरे विच चमकिया ओ आदम आ गया आखिरी आदम पहला आदम जिहदे राहीं पाप आया ये दूसरा आदम जिहदे राहीं इस संसार दे विच रोशनी आई उद्धार आया मुक्ति आई और पहला आदम जिहड़ा सीगा वह भी ब्लड यानी खून दे नाल तालुक रखदा सीगा ये दूसरा आदम जिहड़ा आ यह भी ब्लड यानी खून दे नाल तालुक रखदा आ बाइबल कहिंदी आ कि खून बहाए तो बगैर पापा की माफी नहीं मिलती सी खून बहाए तो बगैर पापा की माफी नहीं मिलती सी इस करके प्रभु यसु मसीह जी ने संसार में आना पिया आप सब जानते हैं प्रभु यसु जी का जन्म जरा अजीब तरीके ना होया बिल्कुल डिफरेंटली ना संसार में ऐसा होया पहले जिसमें प्रभु यसु जी का जन्म होया और ना हुण होया और ना कभी होएगा क्योंकि इक्को ही उद्धार करता इक्को ही मुक्ति दाता वंस फॉर ऑल एंड वंस फॉर एवरी टाइम इक्को ही होया और इक्को ही होना आया और कोई भी नहीं होना और वो प्रभु यसु आ जीवन यसु जी का जीवन जरा सीगा उन्होंने कुर्बानी इस संसार वास्ते लुड़ी सी यसु जी का लहू वो पवित्र लहू सी जेनू बहा के जिहड़ा डोलिया जाना सी सलीब उते और तुहानू ते मैनू इस संसार विच उधार ते मुक्ति मिलना सी उधार मिलना सी मुक्ति मिलनी सी इस करके वचन कहिंदा आ की कहिंदा आ जिहड़े लोग हनेरे विच बैठे हुए सन उन्होंने वड्डा चानण वेख्या सब बोलिए हालेलुया अते जिहड़े मौत दे देश अते छाया विच बैठे सन उन्हां लई चानण प्रकाश होया उन्हां लई चानण चमकिया वो पहला आदम जिहदे राहीं मौत आई उन्हें पाप किया ही वॉज रिलेटेड टू ब्लड और वह भी खून ना तालुक रखता सी ए दूसरा आदम जिन्हों यसू कहने जिहड़ा इस संसार में कुर्बान होया जिन्हें तुहानू ते मैनू इस संसार की ज्योति ठहराया जिन्हें तुहानू ते मैनू इस धरती का नमक बनाया जिहड़ा कुर्बान होया और साडे जीवन च स्वाद आया जिहड़ा कुर्बान होया जिन्हें तुहानू ते मैनू ही टुक आउट ऑफ द डार्कनेस टू द ग्रेट लाइट जिन्हें तुहानू ते मैनू उस अंधकार चो कढ के इस आचरज चानण विच लैके आंदा सिर्फ ओ यसु संसार नू जिहड़ा बदल रिहा आ ओ यसु जिहड़ा संसार नू ट्रांसफॉर्म कर रिहा आ ओ यसु जिहड़ा अपने उस हजार साल दे राज वास्ते अपने लोकां नू तैयार कर रिहा आ ओ यसु जिहड़ा बदलां ते आउणे वाला आ सिर्फ ते सिर्फ ओदे राही इस संसार दे विच बदलाओ ओही इस संसार नू बदल सकदा आ ते सानू तुहानू ते मैनू प्रभु यसु ने इसी करके कहा तुसी इस धरती दा नमक हो तुसी जाओ और जाके स्वाद फैलाओ और जाके सुसमाचार सुनाओ जाके लोगों नू मेरे बारे दसो उन्होंने जाके प्यार करो लोगों नू दयालता दिखाओ और लोगों नू समझाओ दसो प्रभु यसु मसीह तुहाडे पाप गुनाह माफ कर सकदा आ और हनेरा और चानण दोनों अलग गया इस तो पहले कि असी प्रभु दे वचन नू इत्थे खत्म करिए मैं चाहांगा कुछ गल्लां नू सुन के आपां जाणीए कि हनेरे दे जिहड़े काम और जिहड़े प्रकाश दे काम आ ओह की आ पहली गल जिहड़ा लाइट आ प्रभु ने कहा तुसी जगत दा चानण हो बोलिए मैं जगत दा चानण हाँ फिर बोलिए चंगे तरीके नाल बोलिए बोलो मैं जगत दा चानण हाँ मैं जगत दा चानण हाँ चानण दी सिग्निफिकेंस चानण दी महत्ता की आ लाइट ओदी महत्ता की आ क्यों प्रभु ने तुहानू कहा तुसी जगत दे चानण हो क्यों प्रभु ने तुहानू इस जगत दी जोत ठहराया बाइबल कहिंदी आ प्रभु का वचन कहता 119 जबूर 105 आयत तेरा वचन मेरे पांव के लिए दीपक
मेरे राहों के लिए उजाला है। 119 जबूर और 130 आयत लिखिया है, हे परमेश्वर तेरे वचन दा खुलना मैनू चानन दिंदा आ। और प्रभु दा वचन जिहड़ा आ ओ सानू चानन दिंदा आ। इस करके प्रभु ने तुहानू कहा कि तुसी जगत दे चानन हो, क्योंकि परमेश्वर दा वचन तुहाडे जीवन च आ चुका आ। इस करके क्योंकि यीशु मसीह जो इस संसार दे चानन जगत दे चानन वो तुहाडे जीवन च आ चुके आ, जाके ओही चानन असीं लोकां दे विच जाके फैलाउणा आ। इस करके प्रभु ने कहा तुसी जगत दे चानन हो। चानन की खासियत की आ, चार गल्लां देखांगे चानन की खासियत। सब तो पहले जिहड़ी लाइट आ, जिहड़ी लाइट आ, लाइट जिहड़ी आ ये ट्रैवल करती है, यात्रा करती है। लाइट ऑलवेज ट्रैवल्स, कभी खड़ी नहीं होती लाइट। लाइट जिहड़ी आ जदों तुसीं स्विच इत्थों नप्या, इत्थों लाइट स्विच नप्या ते लाइट जिहड़ी आ ट्रैवल करके पहुंच गई जिथे जिथे उहनूं पहुंचना आ। हालेलुया। लाइट जिहड़ी आ कभी भी वो ठहरती नहीं आ। लाइट इट ऑलवेज ट्रैवल्स। प्रभु ने इस करके तुहानूं चानण किया क्योंकि तुसी जगत दे चानण हो। यू हैव टू पास ऑन दिस लाइट। तुहानूं ये चानण दूसरा तक पहुंचाउणा आ। प्रभु ने ये चानण, वो कहिंदे सी पहला मैं चानण आ, फिर उन्होंने हुण तुहानूं कहता तुसी जगत दे चानण हो। इट मीनस उन्हें ये चानण जिहड़ा पास किया तुहानूं पहुंचा दिता, हुण तुहाडा ते मेरा काम की आ, असीं ये चानण लैके लोकां तक जाइए। हालेलुया, हालेलुया। नंबर दो, जिहड़ी लाइट आ चानण जिहड़ा आ, सब बोलो हालेलुया। अक्खां खोलिए सब। लाइट चानण इहदी कोई लिमिट नहीं आ। लाइट चानण की कोई भी लिमिट, तुसीं लाइट जिहड़ी आ इस वेले, हाँ जी लाइट बाहरों आ रही है, एक कंध जी आ लाइट से पै रही है, लेकिन लाइट चानण जिहड़ा घुम फुमा के फिर भी सानू लाइट दे रहा है। चानण आ रहा आप सबको दे रहे हैं। लाइट की कोई लिमिट नहीं है। लाइट कितने भी चली जाती है, कितने भी बढ़ जाती है। और कल आप गल कर रहे थे लाइट इतने तक के चूहिया दी खुटा च भी बढ़न की कोशिश करती है। ये कोई भी लिमिट नहीं है, सीमा नहीं है। इस करके प्रभु ने तुहानू भी लिमिटलैस बनाया, परमेश्वर ने तुहानू भी तुहाडी कोई सीमा नहीं है। असी अपने आप नू सीमा विच बंध लिया, असी अपने आप नू कैद कर लिया, भाई मैं सिर्फ आई कर सकता हूँ, मैं आई कर सकती हाँ, इस तो अगे मैं कर नहीं सकती। लेकिन परमेश्वर ने तुहाडे जीवन च तुहानू लिमिटलैस बनाया, तुहाडियां सीमावां बहुत दूर आ। सानू सिर्फ ये देखने की लोड़ा कि मैं अपने आप नू किसे भी सीमा च बन्न के नहीं रखना। दूसरा इतिहास 7 अध्याय उसकी 14 आयत विच अवेश की प्रार्थना आ, यावेश की प्रार्थना। और यावेश ने खुदा अगे प्रार्थना की, पढ़िए दूसरा का पहला इतिहास है, देखिए पहला इतिहास का दूसरा इतिहास, मैं भी दूसरा इतिहास 7:14 7:14 नहीं नहीं वो नहीं है, वो आयत नहीं है। जावेश की प्रेयर, किसी मिल गया तो कटिया जावेश की प्रेयर, इट्स नॉट इतिहास विच नहीं है, कटियो किसी मिल गया था, किसी ने जावेश की प्रार्थना मिल गई तो कटियो प्लीज। प्रेयर नहीं है, नहीं मिला किसी नू, जावेश, जावेश जरा सीगा वो एक न्यायी सी। पहला इतिहास 4:10, पहला इतिहास 4:10 जावेश की जिहड़ी प्रार्थना आ उहदी ये प्रार्थना सी, कहिंदा खुदावंद ऐ काश खुदावंद के तू मुझे बरकत देता, कहिंदा खुदावंद काश कि तू मैनूं बरकत दिंदा। पढ़िए प्लीज। अते जाबेस ने इसराइल दे परमेश्वर अगे बेनती करके आख्या, अते जाबेस ने इसराइल दे परमेश्वर अगे ए बेनती करके आख्या, काश कि तू मैनू
सचमुच बरकत दिंदा। ऐ खुदावंद काश के तू मेनू सचमुच बरकत दिंदा ते मेरिया हदां नू वधाउंदा ते मेरिया हदां नू वधाउंदा। हालेलुया हालेलुया। ਕਹਿੰਦਾ ਖੁਦਾਵੰਦ ਕਾਸ਼ ਕਿ ਤੂੰ ਸੱਚਮੁੱਚ ਮੁਝੇ ਮੈਨੂੰ ਬਰਕਤ ਦਿੰਦਾ ਅਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ। ਲਾਈਟ ਚਾਨਣ ਇਹਦੀ ਕੋਈ ਵੀ ਹੱਦ ਨਹੀਂ ਆ, ਹੱਦਾਂ ਤੋਂ ਬਾਹਰ ਜਾਂਦਾ ਲਾਈਟ ਔਰ ਚਾਨਣ। ਇਸ ਕਰਕੇ ਪ੍ਰਭੂ ਨੇ ਤੁਹਾਨੂੰ ਤੇ ਮੈਨੂੰ ਕਿਹਾ ਤੁਸੀਂ ਜਗਤ ਦੇ ਚਾਨਣ ਹੋ, ਤੁਹਾਡੀਆਂ ਕੋਈ ਹੱਦਾਂ ਨਹੀਂ ਗੀਆਂ, ਤੁਸੀਂ ਹਰ ਜਗ੍ਹਾ ਜਾ ਕੇ ਹਰ ਜਗ੍ਹਾ ਜਾ ਕੇ ਹਰ ਪਾਸੇ ਜਾ ਕੇ ਤੁਸੀਂ ਲੋਕਾਂ ਨੂੰ ਕੀ ਕਰਨਾ ਆ, ਚਾਨਣ ਦੇਣਾ ਆ। ਹਾਲੇ ਲੋਈਆ ਹਾਲੇ ਲੋਈਆ। ਤੀਸਰੀ ਗੱਲ ਲਾਈਟ ਦੀ, ਤੀਸਰੀ ਗੱਲ ਖਾਸੀਅਤ, ਲਾਈਟ ਜਿਹੜੀ ਆ ਤੁਹਾਨੂੰ ਰਸਤਾ ਦਿਖਾਉਂਦੀ ਆ। ਇਟ ਮੇਕਸ ਵੇ, ਇਟ ਸ਼ੋਜ਼ ਵੇ। ਲਾਈਟ ਜਿਹੜੀ ਆ ਤੁਹਾਡੇ ਵਾਸਤੇ ਰਸਤਾ ਤਿਆਰ ਕਰਦੀ ਆ, ਦਿਖਾਉਂਦੀ ਆ। ਲਾਈਟ ਤੁਹਾਡੇ ਵਾਸਤੇ ਰਸਤਾ ਤਿਆਰ ਕਰਦੀ ਆ। ਇੱਕ ਵਿਅਕਤੀ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਪਹਿਲੇ 6 ਮਹੀਨੇ ਇਸ ਸੰਸਾਰ ਵਿੱਚ ਪੈਦਾ ਹੋਇਆ ਔਰ ਲਿਖਿਆ ਕਿ ਉਹ ਵਿਅਕਤੀ ਜਿਹਦੇ ਨਾਲ ਯੋਹੰਨਾ ਬਪਤਿਸਮਾ ਦੇਣੇ ਵਾਲਾ ਆ, ਔਰ ਇਹ ਕਿਹਾ ਗਿਆ, ਉਹ ਕਿਹਾ ਗਿਆ ਕਿ ਉਹ ਆਪ ਤੇ ਚਾਨਣ ਨਹੀਂ ਸੀ, ਲੇਕਿਨ ਉਹ ਚਾਨਣ ਦੇ ਵਾਸਤੇ ਹੁਕਾ ਦੇ ਰਿਹਾ ਸੀ ਕਿ ਉਹ ਚਾਨਣ ਜਿਹੜਾ ਸੰਸਾਰ ਵਿੱਚ ਆਉਣੇ ਵਾਲਾ ਸੀਗਾ ਉਹਦੇ ਵਾਸਤੇ ਰਸਤਾ ਤਿਆਰ ਕਰ ਰਿਹਾ ਸੀਗਾ। ਉਹਦੇ ਬਾਰੇ ਕਹਿ ਰਿਹਾ ਸੀਗਾ ਕਿ ਇੱਕ ਮੇਰੇ ਤੋਂ ਗ੍ਰੇਟਰ ਦੈਨ ਮੀ ਹੀ ਇਜ਼ ਕਮਿੰਗ ਇਨ ਟੂ ਦਿਸ ਵਰਲਡ, ਔਰ ਕਹਿੰਦਾ ਉਹ ਆ ਰਿਹਾ ਜਿਹੜਾ ਮੇਰੇ ਤੋਂ ਮਹਾਨ ਆ, ਜਿਹਦਾ ਮੈਂ ਜਿਹਦੀ ਜੁੱਤੀ ਦਾ ਤਸਮਾ ਖੋਲਣ ਦੇ ਮੈਂ ਯੋਗ ਵੀ ਨਹੀਂ ਆ। ਕਹਿੰਦਾ ਉਹ ਆਏਗਾ, ਮੈਂ ਤੇ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਆ, ਪਰ ਉਹ ਆਏਗਾ ਉਹ ਤੁਹਾਨੂੰ ਅੱਗ ਦੇ ਨਾਲ ਤੇ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਏਗਾ। ਹਾਲੇਲੂਯਾ। ਇਸ ਕਰਕੇ ਲਾਈਟ ਜਿਹੜੀ ਆ ਉਹਦਾ ਕੋਈ ਵੀ ਉਹਦੀ ਲਿਮਿਟ ਨਹੀਂ ਆ। ਲਾਈਟ ਜਿਹੜੀ ਆ ਤੁਹਾਡੇ ਵਾਸਤੇ ਰਸਤਾ ਤਿਆਰ ਕਰਦੀ ਆ, ਤੁਹਾਡੇ ਵਾਸਤੇ ਰਸਤਾ ਤਿਆਰ ਕਰਦੀ ਆ। ਉਹ ਲਾਈਟ ਹੋ ਕੇ ਆਇਆ ਤਾਂ ਕਿ ਉਹ ਆਪਣੇ ਪ੍ਰਭੂ ਦੇ ਵਾਸਤੇ ਰਸਤਾ ਤਿਆਰ ਕਰੇ। ਉਹ ਕਹਿ ਰਿਹਾ ਸੀਗਾ ਆਪਣੇ ਟੇਢੇ ਮੇਢੇ ਰਸਤੇ ਨੂੰ ਸਿੱਧਾ ਕਰੋ। ਉਹ ਕਹਿ ਰਿਹਾ ਸੀਗਾ ਜਿਹੜਾ ਮੇਰੇ ਪਿੱਛੋਂ ਆਉਣੇ ਵਾਲਾ ਆ, ਤੰਗਲੀ ਉਹਦੇ ਹੱਥਾਂ ਦੇ ਵਿੱਚ ਆ, ਉਹ ਤੂੜੀ ਨੂੰ ਤੇ ਦਾਣਿਆਂ ਨੂੰ ਉਹ ਵੱਖਰਾ ਕਰੇਗਾ। ਲਾਈਟ ਜਿਹੜੀ ਆ ਉਹ ਤੁਹਾਡੇ ਵਾਸਤੇ ਰਸਤਾ ਤਿਆਰ ਕਰਦੀ ਆ। ਨੰਬਰ 4 ਆਖਰੀ ਗੱਲ, ਲਾਈਟ ਦੇ ਲਈ ਜਿਹੜਾ ਹਨੇਰਾ ਆ ਉਹ ਲਾਈਟ ਨੂੰ ਕਦੇ ਵੀ ਡਿਸਟਰਬ ਨਹੀਂ ਕਰ ਸਕਦਾ। ਹਨੇਰਾ ਲਾਈਟ ਨੂੰ ਕਦੇ ਵੀ ਡਿਸਟਰਬ, ਲਾਈਟ ਦੇ ਵਿੱਚ ਜਿਹੜਾ ਹਨੇਰਾ ਆ ਨਾ ਕਦੇ ਵਿਘਨ ਨਹੀਂ ਪਾ ਸਕਦਾ। ਹਾਲੇਲੂਯਾ। ਕਦੇ ਵੀ ਵਿਘਨ ਨਹੀਂ ਪਾ ਸਕਦਾ ਹਨੇਰਾ। ਹਾਲਾਂਕਿ ਲਾਈਟ ਜਿਹੜੀ ਆ ਹਨੇਰੇ ਲਈ ਵਿਘਨ ਪਾ ਸਕਦੀ ਆ, ਹਨੇਰਾ ਨਹੀਂ ਵਿਘਨ ਪਾ ਸਕਦਾ ਲਾਈਟ ਵਾਸਤੇ। ਯਾਦ ਰੱਖਿਓ ਇਹ ਗੱਲਾਂ ਆਪਾਂ ਤਾਂ ਸਿੱਖ ਰਹੇ ਹਾਂ ਕਿਉਂਕਿ ਪ੍ਰਭੂ ਯਿਸੂ ਨੇ ਤੁਹਾਨੂੰ ਕਿਹਾ ਕਿ ਤੁਸੀਂ ਇਸ ਸੰਸਾਰ ਦੀ ਜੋਤੀ ਹੋ, ਤੁਸੀਂ ਚਾਨਣ ਹੋ ਸੰਸਾਰ ਦਾ। ਔਰ ਯਾਦ ਰੱਖਿਓ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਦਿੱਤਾ ਗਿਆ ਆ, ਉਹਨੇ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਔਰ ਅੱਗ ਨਾਲ ਬਪਤਿਸਮਾ ਦਿੱਤਾ ਆ। ਇਸ ਕਰਕੇ ਕਿਉਂ, ਕਿਉਂਕਿ ਸ਼ੈਤਾਨ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਵਿਘਨ ਨਹੀਂ ਪਾ ਸਕਦਾ। ਤੁਹਾਡੇ ਕਿਸੇ ਵੀ ਕੰਮ 'ਚ ਸ਼ੈਤਾਨ ਵਿਘਨ ਨਹੀਂ ਪਾ ਸਕਦਾ। ਕਿਸੇ ਨੇ ਆਮੀਨ ਨਹੀਂ ਬੋਲਿਆ? ਕਿਸੇ ਨੇ ਆਮੀਨ ਨਹੀਂ ਬੋਲਿਆ? ਪਰਮੇਸ਼ਵਰ ਦਾ ਆਤਮਾ 4:18 'ਚ ਕੀ ਲਿਖਿਆ? ਲੁੱਕਾ ਦੀ ਅੰਜੀਲ 'ਚ, ਲੁੱਕਾ ਦੀ ਅੰਜੀਲ 4:18 'ਚ ਮੈਂ ਅੱਜ ਤਾਂ ਲਿਖੀਆਂ ਨਹੀਂ ਹੋਈਆਂ ਇੱਥੇ ਜਿਹਨੇ ਮੈਂ ਬੋਲ ਰਿਹਾ, ਮੈਂ ਅੱਜ ਤਾਂ ਲਿਖੀਆਂ ਨਹੀਂ ਹੋਈਆਂ। ਲੁੱਕਾ ਦੀ ਅੰਜੀਲ 4:18 'ਚ ਕੀ ਲਿਖਿਆ? ਬੱਚਿਆਂ ਨੂੰ ਪਤਾ ਹੋਣਾ, ਪਰਮੇਸ਼ਵਰ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੈਨੂੰ ਇਸ ਲਈ ਮਸਾ ਕੀਤਾ ਕਿ ਮੈਂ ਕੀ ਕਰਾਂ, ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਣ ਦਾ, ਬੰਧੂਆਂ ਨੂੰ ਛੁੱਟਣ ਦਾ, ਕੁਚਲਿਆਂ ਹੋਇਆਂ ਨੂੰ, ਦਵਾਇਆ ਹੋਇਆਂ ਨੂੰ, ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ, ਕਿਉਂਕਿ ਉਹ ਕਹਿ ਰਿਹਾ ਪਰਮੇਸ਼ਵਰ ਦਾ ਆਤਮਾ ਮੇਰੇ ਉੱਤੇ ਆ। ਯਾਦ ਰੱਖਿਓ ਪਰਮੇਸ਼ਵਰ ਨੇ ਤੁਹਾਨੂੰ, ਪ੍ਰਭੂ ਦਾ ਵਚਨ ਕਹਿੰਦਾ ਆ, ਪਰਮੇਸ਼ਵਰ ਨੇ ਤੁਹਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਹੋਇਆ, ਤੁਹਾਨੂੰ ਦਲੇਰੀ ਦਾ ਆਤਮਾ ਦਿੱਤਾ ਆ।
शैतान तुहाडे किसी भी काम दे विच विघन नहीं पा सकता। जिवें शैतान हनेरा जिहड़ा आ उह चानण दे विच कोई विघन नहीं पा सकता, ठीक उसे तरह शैतान तुहाडे किसी भी काम दे विच विघन नहीं पा सकता। अज तुहानू इस गल नू अंगीकार करना ही पैणा आ ताकि असीं शैतान उत्ते एक जेतू जीवन जी सकीए। हालेलुया।